ਸਤਨਾਮ ਵਾਹਿਗੁਰੂ ਸਾਹਿਬ ਜੀਓ। ਜਤ ਸਤ ਸੰਜਮ ਹੋਮ ਜਗ, ਜਪ ਤਪ ਦਾਨ ਪੁੰਨ ਬਹੁ ਤੇਰੇ। ਰਿੱਧ ਸਿੱਧ ਨਿੱਧ ਪਖੰਡ ਬਹੁ, ਤੰਤਰ ਮੰਤਰ ਨਾਟਕ ਅਗਲੇਰੇ। ਵੀਰਾਰਾਧਨ ਜੋਗਣੀ ਮੜੀ ਮਸਾਣ ਵਿਡਾਣ ਕਨੇਰੇ। ਪੂਰਕ ਕੁੰਭਕ ਰੇਚਕਾ ਨਿਉਲੀ ਕਰਮ ਭੁਯੰਗਮ ਘੇਰੇ। ਸਿੱਧਾਸਨ ਪਰਚੇ ਕਹਣੇ ਹੱਠ ਨਿਗਰੈ ਕੌਤਕ ਲਖ ਹੇਰੇ। ਪਾਰਸ ਮਣੀ ਰਸਾਇਣਾ ਕਰਾਮਾਤ ਕਾਲਖ ਅਨੇਰੇ। ਪੂਜਾ ਵਰਤ ਉਪਾਰਨੇ ਵਰ ਸਰਾਪ ਸ਼ਿਵ ਸ਼ਕਤ ਲਾਵੇਰੇ। ਸਾਧ ਸੰਗਤ ਗੁਰ ਸ਼ਬਦ ਬਿਨਾ ਥਾਉ ਨ ਪਾਇਨ ਭਲੇ ਭਲੇਰੇ। ਕੂੜ ਇੱਕ ਗੰਢੀ ਸੌ ਫੇਰੇ, ਸੌਣ ਸ਼ਗਨ ਵਿਚਾਰਨੇ ਨਵ ਗ੍ਰਹਿ ਬਾਰਹਿ ਰਾਸ ਵਿਚਾਰਾ। ਕਾਮਣ ਟੂਣੇ ਔਂਸੀਆਂ ਕਣਸੋਈ ਪਾਸਾਰ ਪਸਾਰਾ। ਗਦਹੋਂ ਕੁੱਤੇ ਬਿੱਲੀਆਂ ਇਲ ਮਲਾਲੀ ਗਿੱਦੜ ਸ਼ਾਰਾ। ਥਿਤਵਾਰ ਭਰਦਾ ਭਰਮ ਦਿਸ਼ਾ ਸ਼ੂਲ ਸਹਿਸਾ ਸੰਸਾਰਾ। ਵਲ ਛਲ ਕਰ ਵਿਸ਼ਵਾਸ ਲਖ, ਬਹੁ ਚੁੱਖੀ ਕਿਉਂ ਰਵੈ ਪਤਾਰਾ। ਗੁਰਮੁਖ ਸੁਖ ਫਲ ਪਾਰ ਉਤਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਪਾਤਸ਼ਾਹ ਸਮਰੱਥ ਗੁਰੂ, ਖੰਡ ਬ੍ਰਹਿਮੰਡਾਂ ਦੇ ਸਵਾਮੀ, ਬਾਣੀ ਗੁਰੂ ਸਮਰੱਥ ਗੁਰੂ, ਦਸਾਂ ਪਾਤਸ਼ਾਹੀਆਂ ਦੇ ਪ੍ਰਤੱਖ ਸਰੂਪ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਬਾਇਮਾਨ ਸਤਿਕਾਰਯੋਗ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਉਦਮ ਕਰਕੇ ਮੌਸਮ ਦੀ ਨਾ ਪਰਵਾਹ ਕਰਦੇ ਹੋਏ ਵੀ ਗੁਰੂ ਚਰਨਾਂ ਵਿੱਚ ਪਹੁੰਚੇ। ਨਿਰਸੰਸੇ ਹਾਜ਼ਰੀ ਗੁਰੂ ਦਰਬਾਰ ਵਿੱਚ ਪ੍ਰਵਾਨ ਹੋਈ ਹੈ। ਅੱਜ ਦੇ ਇਸ ਵਕਤ ਵਿੱਚ ਭਾਈ ਗੁਰਦਾਸ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਪੰਜਵੀਂ ਵਾਰ ਦੀਆਂ ਸੱਤ ਅੱਠ ਇਹ ਦੋ ਪੌੜੀਆਂ, ਸੱਤ ਨੰਬਰ ਔਰ ਅੱਠ ਨੰਬਰ ਵਿਚਾਰੀਆਂ ਜਾਣਗੀਆਂ। ਧਰਮ ਦੇ ਮਾਰਗ 'ਤੇ ਤੁਰਦਿਆਂ ਵੀ ਬਹੁਤ ਸਾਰੇ ਗਲਤ ਰਸਤੇ ਮਨੁੱਖ ਦੇ ਮਾਰਗ 'ਤੇ ਆਉਂਦੇ, ਕਿਉਂਕਿ ਜਦੋਂ ਕੋਈ ਚੀਜ਼ ਭਲੇ ਵਾਸਤੇ ਬਣਦੀ ਹੈ, ਜਦੋਂ ਉਹ ਚੀਜ਼ ਕਿਸੇ ਗਲਤ ਬਿਰਤੀਆਂ ਵਾਲੇ ਮਨੁੱਖਾਂ ਦੇ ਹੱਥ ਵਿੱਚ ਆ ਜਾਏ, ਅਤੇ ਫਿਰ ਉਸ ਵਸਤੂ ਦਾ, ਉਸ ਚੀਜ਼ ਦਾ ਉਪਯੋਗ ਦੀ ਥਾਂ 'ਤੇ ਦੁਰੂ ਉਪਯੋਗ ਕੀਤਾ ਜਾਂਦਾ ਹੈ। ਜਿਵੇਂ ਕਿ ਸ਼ਸਤਰ ਮਨੁੱਖ ਦੀ ਰੱਖਿਆ ਵਾਸਤੇ ਬਣਿਆ, ਪਰ ਜੇ ਅਣਜਾਣ ਜਾਂ ਅਕਿਰਤ ਕਣ ਬੰਦੇ ਦੇ ਹੱਥ ਵਿੱਚ ਆ ਗਿਆ, ਉਹਦੇ ਨਾਲ ਜਿੱਥੇ ਸ਼ਸਤਰ ਨਾਲ ਰੱਖਿਆ ਕਰਨੀ ਸੀ ਉੱਥੇ ਉਸ ਸ਼ਸਤਰ ਦੇ ਨਾਲ ਉਹ ਨੁਕਸਾਨ ਕਰਦਾ।
ਜਿਵੇਂ ਅਗਨੀ ਜਿਹੜੀ ਹੈ ਬੜੀ ਗੁਣਦਾਇਕ ਹੈ, ਅੱਗ ਤੋਂ ਬਿਨਾਂ ਘਰ ਦਾ ਕੰਮ ਨਹੀਂ ਚੱਲਦਾ। ਰਸੋਈ ਵਿੱਚ ਖਾਣ ਪੀਣ ਦੇ ਪਦਾਰਥ ਅਗਨੀ ਤੋਂ ਬਿਨਾਂ ਬਣਦੇ ਨੇ, ਪਰ ਇਹ ਅੱਗ ਜਿਹੜੀ ਹੈ ਜਦੋਂ ਘਰ ਨੂੰ ਲੱਗੇ ਤਾਂ ਨੁਕਸਾਨ ਵੀ ਕਰਦੀ। ਧਰਮ ਇੱਕ ਸ਼ਕਤੀ ਹੈ, ਸ਼ਬਦ ਇੱਕ ਸ਼ਕਤੀ ਹੈ। ਸਿੱਧਾ ਮਾਰਗ ਜਦੋਂ ਅਕਾਲ ਪੁਰਖ ਨੇ ਦੁਨੀਆ ਬਣਾਈ, ਸੰਸਾਰ ਬਣਾਇਆ, ਅਤੇ ਧਰਮ ਤਾਂ ਉਹਨੇ ਆਰੰਭ ਵਿੱਚ ਵੀ ਬਣਾਇਆ ਸੀ, ਸਤਿਯੁਗ ਵਿੱਚ ਵੀ, ਪਰ ਉਦੋਂ ਲੋਕ ਸਰਲ ਸਿੱਧੇ ਸਨ, ਆਪਣੇ ਆਪ ਧਰਮੀ ਸਨ, ਲੋੜ ਨਹੀਂ ਸੀ ਪੈਂਦੀ ਧਰਮ ਦੀ ਸਿੱਖਿਆ ਦੇਣ। ਸਤਿਯੁਗ ਵਿੱਚ ਕੋਈ ਮੰਦਰ, ਗੁਰਦੁਆਰਾ, ਮਸਜਿਦ, ਇੱਥੋਂ ਤੱਕ ਵੀ ਇੰਨੀਆਂ ਧਾਰਮਿਕ ਪੁਸਤਕਾਂ ਵੀ ਨਹੀਂ ਸਨ, ਗਿਆਨ ਦੀ ਗੱਲ ਹੁੰਦੀ ਹੋਈ ਨਹੀਂ ਸੀ ਸਤਿਯੁਗ ਵਿੱਚ। ਉਹਦਾ ਕਾਰਨ ਕੀ ਸੀ? ਕਿਉਂਕਿ ਲੋੜ ਨਹੀਂ ਸੀ ਉਹਦੀ, ਲੋਕ ਆਪੇ ਹੀ ਧਰਮੀ ਸਨ। ਧਰਮ ਦਾ ਮਤਲਬ ਕੀ ਸੀ? ਸਰਲ ਸਨ ਬਿਲਕੁਲ, ਵਲ ਵਿੰਗ ਨਹੀਂ ਸੀ, ਜ਼ਿਆਦਾ ਸਮਾਂ ਰੁੱਖਾਂ ਥੱਲੇ ਰਹਿਣਾ, ਜੋ ਮਿਲਿਆ ਸਬਰ ਸੰਤੋਖ ਨਾਲ ਫਲ ਫਰੂਟ ਖਾ ਲੈਣਾ, ਇੱਕ ਦੂਜੇ ਨਾਲ ਪ੍ਰੇਮ ਕਰਨਾ, ਕਿਸੇ ਤੋਂ ਖੋਣਾ ਨਹੀਂ, ਕਿਸੇ ਨੂੰ ਦੁੱਖ ਨਹੀਂ ਦੇਣਾ, ਮਨ ਵਿੱਚ ਵੈਰ ਨਹੀਂ ਸਨ ਕਿਉਂਕਿ ਜਮ੍ਹਾਂਖੋਰੀ ਕੋਈ ਨਹੀਂ ਸੀ। ਅਤੇ ਜਦੋਂ ਇਹ ਸਾਰੀਆਂ ਚੀਜ਼ਾਂ ਹੈਣ ਸਨ, ਅਤੇ ਧਰਮ ਇਸੇ ਨੂੰ ਕਹਿੰਦੇ ਨੇ, ਆਪਣੇ ਆਪ ਟਿਕਾਅ ਵਿੱਚ ਮਨ ਰਹਿੰਦਾ ਸੀ, ਅਤੇ ਜਦੋਂ ਟਿਕਾਅ ਵਿੱਚ ਰਹਿੰਦਾ ਸੀ ਉਦੋਂ ਲੋਕ ਹੀ ਪਰਮਾਤਮਾ ਸਨ, ਹੋਰ ਕਿਸੇ ਪਰਮਾਤਮਾ ਨੂੰ ਚੇਤੇ ਕਰਨ ਦੀ ਵੀ ਲੋੜ ਨਹੀਂ ਸੀ ਰਹਿੰਦੀ। ਧਿਆਨ ਦੇਣਾ, ਰੱਬ ਕੌਣ ਹੈ? ਇਹ ਮਨੁੱਖੀ ਇਹਦੇ ਅੰਦਰ ਵਸਿਆ ਹੋਇਆ। ਅਤੇ ਇਹ ਹੈਵਾਨ ਕਦੋਂ ਬਣੇ ਆ ਅਸੀਂ, ਸ਼ੈਤਾਨ ਕਦੋਂ ਬਣੇ ਆ? ਜਦੋਂ ਸਾਡੇ ਇਸ ਆਪੇ ਦੇ ਉੱਤੇ ਕਈ ਤਰ੍ਹਾਂ ਦੀ ਮੈਲ ਚੜ੍ਹ ਗਈ। ਰੱਬ ਕਿੱਥੋਂ ਪ੍ਰਗਟ ਹੁੰਦਾ? ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਪੁੱਛੋ। ਗੁਰੂ ਗ੍ਰੰਥ ਸਾਹਿਬ ਜੀ ਦਾ ਰੱਬ ਕਿਤੇ ਬਾਹਰੋਂ ਨਹੀਂ ਆਉਂਦਾ। ਉਹ ਕਹਿੰਦੇ ਨੇ ਜਦੋਂ ਪਹਿਲਾ ਪਹਿਲ ਮਨੁੱਖ ਬਣਾਇਆ ਸੀ ਨਾ, ਮਨੁੱਖ ਇਹ ਤਾਂ ਨਹੀਂ ਮੈਂ ਕਹਿ ਸਕਦਾ ਵੀ ਉਹ ਰੱਬ ਸੀ, ਗੁਰਮਤਿ ਦੇ ਸਿਧਾਂਤ ਦੇ ਉਲਟ ਚਲਾ ਜਾਏ, ਪਰ ਮੈਂ ਇਉਂ ਕਹਿ ਸਕਦਾ ਵੀ ਉਹਦਾ ਪ੍ਰਤੀਨਿਧੀ ਸੀ, ਉਹਦੇ ਵਰਗਾ ਸੀ ਮਨੁੱਖ, ਰੱਬ ਹੀ ਦਿਸਦਾ ਸੀ ਮਨੁੱਖ, ਹੋਰ ਕਿਸੇ ਸਿਮਰਨ ਦੀ ਜ਼ਰੂਰਤ ਨਹੀਂ ਸੀ ਰਹੀ। ਕਿਉਂਕਿ ਜਦੋਂ ਮਨੁੱਖ ਨੂੰ ਮਨੁੱਖ ਵੇਖਦਾ ਸੀ, ਰਸ ਨਾਲ ਭਰਿਆ ਜਾਂਦਾ ਸੀ, ਆਨੰਦ ਨਾਲ। ਫਿਰ ਸਹਿਜੇ ਸਹਿਜੇ ਕੀ ਹੋਇਆ, ਦੁਨੀਆ ਵਿੱਚ ਚਲਾਕੀਆਂ ਚੁਸਤੀਆਂ ਵੱਧ ਗਈਆਂ। ਰੱਬ ਨੇ ਆਪਣੇ ਪੈਗੰਬਰ ਭੇਜੇ ਕਾਹਦੇ ਵਾਸਤੇ? ਵੀ ਇਹ ਜਿਹੜੇ ਜਗਤ ਦੇ ਲੋਕ ਪੈਦਾ ਕੀਤੇ ਨੇ, ਇਹ ਭਟਕ ਨਾ ਜਾਣ। ਜਿਹੜਾ ਇਹਨਾਂ ਨੂੰ ਦੋ ਚੀਜ਼ਾਂ ਦਾ ਸੰਸਾਰ ਬਣਾਇਆ ਹੈ, ਇੱਕ ਜੋਤ ਅਤੇ ਇੱਕ ਪਦਾਰਥ ਦਾ ਮਿਲਾ ਕੇ, ਮਟੀਰੀਅਲ ਅਤੇ ਪਦਾਰਥ ਇਕੱਠੇ, ਜੋਤ ਨੂੰ ਗੁੰਨ ਕੇ ਵਿੱਚ ਸੰਸਾਰ ਬਣਾਇਆ, ਇਹ ਕਿਤੇ ਪਦਾਰਥ ਦੇ ਸਮੁੰਦਰ ਵਿੱਚ ਗਰਕ ਨਾ ਹੋ ਜਾਣ, ਪੈਗੰਬਰ ਭੇਜੇ। ਫਿਰ ਜਦੋਂ ਪੈਗੰਬਰ ਆਏ, ਜਿਹੜੀ ਗੱਲ ਮੈਂ ਅੱਜ ਕਰਨੀ ਚਾਹੁੰਦਾ, ਅੱਜ ਦੀਆਂ ਦੋਵੇਂ ਪੌੜੀਆਂ ਜਿੰਨੇ ਵੀ ਫੋਕਟ ਕਰਮ ਨੇ ਨਾ ਇਸ ਧਰਤੀ ਦੇ, ਧਰਮ ਦੇ ਨਾਂ 'ਤੇ ਮੰਤਰ ਤੰਤਰ ਇਤਿਆਦਕ, ਉਹਨਾਂ ਦਾ ਜ਼ਿਕਰ ਅੱਜ ਭਾਈ ਗੁਰਦਾਸ ਜੀ ਕਰ ਰਹੇ। ਇਹਨਾਂ ਦੀ ਜਾਣਕਾਰੀ ਵੀ ਜ਼ਰੂਰੀ ਹੈ। ਜਦੋਂ ਇੱਥੇ ਰੱਬ ਦੇ ਪਿਆਰੇ ਆਏ, ਉਹਨਾਂ ਨੇ ਉਪਦੇਸ਼ ਦਿੱਤਾ, ਅਤੇ ਜਦੋਂ ਇੱਥੇ ਜਪ ਤਪ ਹੋਣ ਲੱਗ ਪਿਆ, ਅਤੇ ਨਾਲ ਨਾਲ ਦੋ ਰਸਤੇ ਬਣੇ ਜਪ ਤਪ ਦੇ। ਦੋ ਰਸਤੇ ਕਿਹੜੇ ਸਨ? ਇਹਦਾ ਜ਼ਿਕਰ ਗੁਰੂ ਅਮਰਦਾਸ ਜੀ ਨੇ ਬਾਣੀ ਵਿੱਚ ਕੀਤਾ ਹੈ, ਇੱਕ ਰਸਤਾ ਸ਼ਿਵ ਦਾ ਅਤੇ ਇੱਕ ਰਸਤਾ ਸ਼ਕਤੀ ਦਾ। ਸ਼ਕਤੀ ਦਾ ਅਰਥ ਹੈ ਜਦੋਂ ਕੋਈ ਧਾਰਮਿਕ, ਸ਼ਿਵ ਦੇ ਇੱਥੇ ਅਰਥ ਸ਼ਿਵ ਜੀ ਦੇਵਤਾ ਨਹੀਂ, ਸ਼ਿਵ ਦੇ ਇੱਥੇ ਅਰਥ ਨੇ ਜਿਹੜਾ ਅਕਾਲ ਪੁਰਖ ਬੰਦੇ ਦੇ ਸਰੀਰ ਵਿੱਚ ਬ੍ਰਹਮ ਵੱਸਦਾ ਹੈ। ਇੱਕ ਇੱਕ ਸ਼ਬਦ ਬਾਣੀ ਦੇ ਨਾਲ ਮਿਲਦਾ ਮੈਂ ਆਪ ਜੀ ਨੂੰ ਕਹਾਂਗਾ। ਤੁਸੀਂ ਬਾਣੀ ਵਿੱਚ ਦੋ ਲਫਜ਼ ਪੜ੍ਹੋਗੇ, ਇੱਕ ਬ੍ਰਹਮ ਅਤੇ ਇੱਕ ਪਾਰ ਬ੍ਰਹਮ, ਬੜੇ ਥਾਵਾਂ 'ਤੇ। ਬ੍ਰਹਮ ਅਤੇ ਪਾਰ ਬ੍ਰਹਮ ਵਿੱਚ ਕੋਈ ਫਰਕ ਹੈ? ਫਰਕ ਹੈ ਉਹਨਾਂ ਵਿੱਚ, ਉਹਨਾਂ ਦੀ ਅੰਦਰੂਨੀ ਹੈਸੀਅਤ, ਅੰਦਰੂਨੀ ਸਰੂਪ ਤਾਂ ਇੱਕੋ ਜਿਹੀ ਹੈ,
ਪਰ ਬ੍ਰਹਮ ਦੇ ਅਰਥ ਨੇ ਜਿਹੜਾ ਰੱਬ ਸਿਰਫ ਸਾਡੇ ਸਰੀਰ ਦੇ ਇਸ ਦਾਇਰੇ ਦੇ ਅੰਦਰ ਅੰਦਰ ਵੱਸਦਾ ਪਿਆ, ਉਹਨੂੰ ਕਹਿੰਦੇ ਨੇ ਬ੍ਰਹਮ ਦਿਸ਼ਾ, ਬ੍ਰਹਮ ਸੁਣੀਐ, ਏਕ ਏਕ ਵਖਾਣੀਐ, ਆਤਮ ਪਸਾਰਾ ਕਰਨਹਾਰਾ, ਪ੍ਰਭ ਬਿਨਾ ਨਹੀਂ ਜਾਣੀ। ਪਰ ਪਾਰ ਬ੍ਰਹਮ ਕੌਣ ਹੈ? ਪਾਰ ਬ੍ਰਹਮ, ਪਾਰ ਸ਼ਬਦ ਦੇ ਉੱਤੇ ਸਿੱਧੇ ਹੀ ਅਰਥ ਤੁਸੀਂ ਸਮਝਦੇ ਹੋ, ਪਾਰ ਹੱਦਾਂ ਨੂੰ ਟੱਪ ਕੇ ਦੂਰ। ਪਰਮਾਤਮਾ ਉਹ ਜਿਹੜਾ ਸਾਰੇ ਬ੍ਰਹਿਮੰਡ ਦੇ ਵਿੱਚ ਵਿਆਪਕ ਹੈ, ਸਰੀਰਾਂ ਦੀ ਹੱਦ ਤੋਂ ਬਾਹਰ ਵੀ ਉਹਦਾ ਨਿਵਾਸ ਹੈ, ਉਹਨੂੰ ਗੁਰੂ ਸਾਹਿਬ ਨੇ ਕਿਹਾ ਪਾਰ ਬ੍ਰਹਮ। ਪਾਰ ਬ੍ਰਹਮ ਉਹਨੂੰ ਕਹਿੰਦੇ, ਯਾਨੀ ਕਿ ਸਰੀਰਾਂ ਦੀਆਂ ਹੱਦਾਂ ਤੋਂ ਜਿੱਥੇ ਪਾਰ ਹੈ ਉਹਨੂੰ ਪਾਰ ਬ੍ਰਹਮ ਕਿਹਾ ਗਿਆ, ਜੋ ਸਾਡੇ ਵਿੱਚ ਰਹਿੰਦਾ ਉਹਨੂੰ ਬ੍ਰਹਮ ਕਿਹਾ ਗਿਆ। ਹੈ ਇੱਕੋ ਹੀ ਚੀਜ਼, ਪਰ ਦੋਵਾਂ ਦੀ ਅਵਸਥਾ ਭੇਦ ਵਿੱਚ ਫਰਕ ਹੈ, ਵੱਖਰੇ ਨੇ। ਦੋ ਰਸਤੇ ਨੇ ਧਰਮ ਦੇ ਮਾਰਗ 'ਤੇ, ਜਦੋਂ ਕੋਈ ਇਸ ਮਾਰਗ 'ਤੇ ਗਿਆ ਭਗਤੀ, ਦੋ ਪ੍ਰਕਾਰ ਦੀ ਖਿਆਲ ਰੱਖਣਾ। ਸਾਡੇ ਵਿੱਚ ਵੀ ਅਸੀਂ ਇਹ ਨਹੀਂ ਕਹਿ ਸਕਦੇ ਵੀ ਸਾਡੇ ਵਿੱਚ ਨਹੀਂ, ਦੋ ਪ੍ਰਕਾਰ ਦੀ। ਤੁਸੀਂ ਜੇ ਪੜ੍ਹ ਕੇ ਨਹੀਂ ਆਏ ਤਾਂ ਜਾਂਦਿਆਂ ਬਾਹਰਲੇ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਜ ਦਾ ਹੁਕਮਨਾਮਾ ਪੜ੍ਹਨਾ, ਉਹਦੇ ਵਿੱਚ ਗੁਰੂ ਅਮਰਦਾਸ ਜੀ ਕਹਿ ਰਹੇ ਨੇ ਇੱਕ ਭਗਤੀ ਹੈ ਹੱਠ ਭਗਤੀ, ਇੱਕ ਭਗਤੀ ਹੈ ਸਹਿਜ ਭਗਤੀ, ਸਮਰਪਣ ਦੀ ਭਗਤੀ। ਅਤੇ ਗੁਰੂ ਅਮਰਦਾਸ ਜੀ ਨੇ ਸਵੇਰੇ ਕਿਹਾ, ਭਾਈ ਮਨ ਹੱਠ ਕਿਸੈ ਨਾ ਕਿਨੈ ਨਾ ਪਾਇਓ, ਸਭ ਥੱਕੇ ਕਰਮ ਕਮਾਏ, ਕਰਮ ਕਰ ਕਰਕੇ ਥੱਕ ਗਏ, ਪੂਜਾ ਕਰ ਕਰਕੇ, ਪੜ੍ਹ ਪੜ੍ਹ ਕੇ ਘਸਾ ਦਿੱਤਾ ਸਾਰਾ ਕੁਝ, ਕੁਝ ਨਹੀਂ ਹੋਇਆ, ਸ਼ਾਂਤੀ ਨਹੀਂ ਆਈ। ਸ਼ਾਂਤੀ ਨਹੀਂ ਇੱਥੋਂ ਆਉਂਦੀ, ਧਿਆਨ ਦੇਣਾ, ਕਿਉਂਕਿ ਦੋ ਚੀਜ਼ਾਂ ਨੇ, ਇੱਕ ਸਾਧ ਸੰਗਤ ਜੀ ਕਿਰਿਆ ਹੈ ਅਤੇ ਇੱਕ ਭਾਵਨਾ ਹੈ। ਇਕੱਲੀ ਕਿਰਿਆ ਧਰਮ ਨਹੀਂ ਹੁੰਦੀ, ਕੋਈ ਜਪ ਰਿਹਾ, ਉਚਾਰ ਰਿਹਾ, ਉਚਾਰ ਰਿਹਾ, ਉਹਦੇ ਪਿੱਛੇ ਉਹਦਾ ਟਾਰਗੇਟ ਕੀ ਹੈ, ਕਾਹਦੇ ਵਾਸਤੇ ਜਪ ਰਿਹਾ, ਭਾਵਨਾ ਕੀ ਉਹਦੀ, ਗੱਲ ਉੱਥੇ ਖੜੀ ਹੈ, ਨਿਸ਼ਾਨਾ ਕੀ ਹੈ। ਇੱਕ ਹੈ ਸਾਧ ਸੰਗਤ ਜੀ ਐਕਸ਼ਨ, ਇੱਕ ਪੁਜੀਸ਼ਨ, ਅੰਗਰੇਜ਼ੀ ਵਾਲਿਆਂ ਨੇ ਇਹਨੂੰ ਕਿਹਾ। ਪੁਜੀਸ਼ਨ ਦਾ ਮਤਲਬ ਹੈ ਅਵਸਥਾ, ਅਤੇ ਐਕਸ਼ਨ ਦਾ ਮਤਲਬ ਹੈ ਕੰਮ ਕਰਨਾ। ਕੋਈ ਵਿਅਕਤੀ ਕਿਹੜਾ ਕੰਮ ਕਰ ਰਿਹਾ ਹੈ, ਜ਼ਰੂਰੀ ਨਹੀਂ ਵੀ ਉਹ ਕੰਮ ਠੀਕ ਹੋਵੇਗਾ, ਭਾਵੇਂ ਉਹ ਚੰਗਾ ਕੰਮ ਵੀ ਹੋਵੇ। ਥੋੜ੍ਹਾ ਜਿਹਾ ਤੁਹਾਨੂੰ ਆਊਟ ਲੱਗੇਗੀ ਗੱਲ, ਕੋਈ ਆਦਮੀ ਇੱਕ ਕੰਮ ਕਰ ਰਿਹਾ ਚੰਗਾ, ਜ਼ਰੂਰੀ ਨਹੀਂ ਉਹ ਚੰਗਾ ਹੋਵੇ, ਉਹ ਚੰਗਾ ਵੀ ਹੋ ਸਕਦਾ ਅਤੇ ਮਾੜਾ ਵੀ ਹੋ ਸਕਦਾ। ਕਿਵੇਂ? ਇੱਕ ਆਦਮੀ ਦਰਿਆ ਦੇ ਕਿਨਾਰੇ ਜਾ ਰਿਹਾ ਸੀ, ਉਹਦੀ ਜੇਬ ਵਿੱਚ ਛੋਲਿਆਂ ਦੇ ਦਾਣੇ ਸਨ, ਅਤੇ ਰਾਹ ਵਿੱਚ ਉਹਨੇ ਵੇਖਿਆ ਵੀ ਮੱਛੀਆਂ ਨੇ ਦਰਿਆ ਵਿੱਚ, ਦਇਆ ਆ ਗਈ, ਸੋਚਿਆ ਇਹਨਾਂ ਵਿਚਾਰੀਆਂ ਨੂੰ ਕਿੰਨੇ ਪ੍ਰਸ਼ਾਦਾ ਛਕਾਉਣਾ, ਚਾਰ ਦਾਣੇ ਹੀ ਸਿੱਟਦਿਆਂ, ਦਇਆ ਵਿੱਚ ਉਹਨੇ ਦਾਣੇ ਸਿੱਟੇ, ਮੱਛੀਆਂ ਖਾ ਕੇ ਚਲੀਆਂ ਗਈ। ਕਿਰਿਆ ਐਕਸ਼ਨ, ਦਾਣੇ ਪਾਉਣੇ, ਧਿਆਨ ਦੇਣਾ। ਪਿੱਛੋਂ ਦੂਜਾ ਆਦਮੀ ਆਇਆ, ਉਹਦੇ ਕੋਲ ਵੀ ਛੋਲਿਆਂ ਦੇ ਦਾਣੇ ਨੇ, ਮੱਛੀਆਂ ਉਹਦੇ ਵੱਲ ਵੀ ਆਈਆਂ, ਐਕਸ਼ਨ ਉਹਨੇ ਵੀ ਉਹੀ ਕੀਤਾ, ਜੇਬ ਵਿੱਚ ਹੱਥ ਪਾਇਆ, ਕਿਰਿਆ ਉਹੀ ਕੀਤੀ, ਦਾਣੇ ਕੱਢੇ, ਮੱਛੀਆਂ ਨੂੰ ਸਿੱਟ ਦਿੱਤਾ। ਕੰਮ ਦੋਵਾਂ ਦਾ ਇੱਕੋ ਹੈ, ਭਾਵਨਾ ਦੋਵਾਂ ਦੀ ਇੱਕ ਨਹੀਂ। ਪਹਿਲੇ ਨੇ ਦਇਆ ਵਸ ਛੋਲੇ ਪਾਏ ਸਨ, ਦੂਜੇ ਨੇ ਹੋਰ ਤਰੀਕਾ ਸੀ। ਜਦੋਂ ਉਹਨੇ ਛੋਲੇ ਪਾਏ ਤਾਂ ਮੱਛੀਆਂ ਦਾ ਝੁੰਡ ਇਕੱਠਾ ਹੋਇਆ ਨਾ, ਦੂਜੇ ਹੱਥ ਨਾਲ ਖਿੱਚ ਕੇ ਵਗਾਇਆ ਜਾਲ, ਸਾਰੀਆਂ ਫੜ ਲਈਆਂ, ਬਾਹਰ ਕੱਢ ਲਓ। ਕੋਈ ਬੰਦਾ ਰਾਮ ਰਾਮ ਜਪ ਰਿਹਾ ਹੈ, ਕੋਈ ਵਾਹਿਗੁਰੂ ਵਾਹਿਗੁਰੂ ਜਪ ਰਿਹਾ ਹੈ, ਕੋਈ ਅੱਲਾ ਅੱਲਾ ਕਰ ਰਿਹਾ, ਜ਼ਰੂਰੀ ਨਹੀਂ ਕਿ ਉਹਦੀ ਭਾਵਨਾ ਪਰਮਾਤਮਾ ਦੀ ਹੋਵੇ। ਹੋ ਸਕਦਾ ਹੈ ਉਹ ਰੱਬ ਦੀ ਸ਼ਕਤੀ ਨੂੰ ਲੈ ਕੇ ਆਪਣੀ ਪੂਜਾ ਕਰਾਉਣੀ ਚਾਹੁੰਦਾ ਹੋਵੇ। ਬਸ ਗੁਰੂ ਸਾਹਿਬ ਦਾ ਅਵਤਾਰਵਾਦ ਤੋਂ ਦੇਵਤਾਵਾਦ ਤੋਂ ਇੱਥੋਂ ਹੀ ਟਕਰਾਅ ਹੋ ਗਿਆ, ਵਿਰੋਧ ਹੋ ਗਿਆ ਗੁਰੂ ਗ੍ਰੰਥ ਸਾਹਿਬ ਦਾ। ਹਜ਼ੂਰ ਨੇ ਕਿਹਾ ਸਾਡੀ ਤੁਹਾਡੇ ਨਾਲ ਸਹਿਮਤੀ ਆਏ ਨੇ, ਯੋਗੀਆਂ ਨੇ ਵੀ ਕਿਹਾ ਸੀ, ਉਹਨਾਂ ਕਿਹਾ ਸੀ ਅਸੀਂ ਵੀ ਤਾਂ ਧਿਆਨ ਹੀ ਕਰਨੇ ਆ ਨਾ, ਸ਼ਬਦ ਦੇ ਕਰਦੇ ਹੋ ਵੀ, ਆਖਰ ਤਾਂ ਆਵਾਜ਼ ਹੈ ਉਹਨਾਂ ਕੋਲ, ਤੁਸੀਂ ਵੀ ਨਾਮ ਜਪਦੇ ਹੋ, ਅਸੀਂ ਵੀ ਨਾਮ ਜਪਨੇ। ਗੁਰੂ ਸਾਹਿਬ ਇਹ ਗੱਲ, ਅਤੇ ਉਹਨਾਂ ਚਾਰ ਭਗਤਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਕਹੀ ਸੀ, ਜਿਹੜੇ ਆਏ ਸਨ ਲਾਹੌਰ ਤੋਂ, ਵੀ ਸਾਡੀ ਬਾਣੀ ਵੀ ਵਿੱਚ ਦਾਖਲ ਕਰੋ, ਜਿਵੇਂ ਦੀ ਇਹਨਾਂ ਦੇ ਅੱਖਰ ਨੇ ਉਹੀ ਅੱਖਰ ਸਾਡੇ ਨੇ, ਪਾਉਂਦੇ ਕਿਉਂ ਨੇ? ਸਤਿਗੁਰੂ ਕਹਿੰਦੇ ਅੱਖਰਾਂ ਦਾ ਸਵਾਲ ਨਹੀਂ, ਬੰਦੇ ਦਾ ਸਵਾਲ ਹੈ, ਅੱਖਰ ਆ ਕਿਹੜੇ ਬੰਦੇ ਵਿੱਚ ਹੋ ਰਹੇ ਨੇ, ਕਿਹੜੇ ਆਦਮੀ, ਆਦਮੀ ਦੇ ਉੱਤੇ ਖੜਾ ਹੈ। ਇਸ ਲਈ ਪਿੱਛੇ ਜੀ ਤੁਸੀਂ ਇਸ ਸਥਾਨ 'ਤੇ ਕਿਰਤ ਦਾ ਸੰਕਲਪ ਇੱਕ ਸੈਮੀਨਾਰ ਸੁਣਿਆ ਹੈ, ਮੈਂ ਵੀ ਸੁਣਦਾ ਰਿਹਾ, ਮੇਰੀ ਸਮਝ ਵਿੱਚ ਇੱਕ ਗੱਲ ਆਈ ਹੈ, ਜਿੰਨਾ ਚਿਰ ਕਰਨ ਵਾਲਾ ਸ਼ੁੱਧ ਨਹੀਂ ਉਹਦੀ ਕਿਰਤ ਸ਼ੁੱਧ ਨਹੀਂ ਹੋ ਸਕਦੀ, ਭਾਵੇਂ ਕਿੰਨੀ ਸ਼ੁੱਧ ਕਿਰਤ ਕਰ ਲਵੇ। ਜੇ ਕਿਸੇ ਨੂੰ ਚੋਟ ਨਾ ਲੱਗੇ, ਮੈਂ ਕਹਿੰਦਾ ਭਾਵੇਂ ਪੂਜਾ ਪਾਠ 'ਤੇ ਕੁਝ ਵੀ ਕਰਦਾ ਹੋਵੇ, ਖਾਂ ਆਦਮੀ ਦੀ ਨੀਅਤ ਹੀ ਸ਼ੁੱਧ ਨਹੀਂ ਕਰੇਗਾ ਕੀ,
ਕਿੰਨੇ ਸਾਲ ਲਾ ਦਿੱਤੇ ਕਰ ਕਰਕੇ, ਨਿਕਲਿਆ ਕਿ ਵਿੱਚੋਂ, ਨਿਕਲਿਆ ਕਿ ਵਿੱਚੋਂ, ਪੜ ਪੁਸਤਕ ਸੰਧਿਆ ਬਾਦੰਗ, ਸਿਲ ਪੂਜਸ ਬਗਲ ਸਮਾਧੰਗ, ਮੁੱਖ ਝੂਠ ਵਿਭੂਖਣ ਸਾਰੰਗ, ਤ੍ਰੈਪਾਲ ਨਿਹਾਲ ਵਿਚਾਰ, ਗਲ ਮਾਲਾ ਤਿਲਕ ਲਿਲਾਟੰਗ, ਦੋ ਧੋਤੀ ਬਸਤਰ ਕਪਾਟੰਗ, ਇਹ ਸਾਰੇ ਕੰਮ ਬਾਹਰ ਸਨ। ਕਹਿਣ ਤੋਂ ਭਾਵ ਜਦੋਂ ਕੋਈ ਬੰਦਾ ਭਗਤੀ ਮਾਰਗ 'ਤੇ ਤੁਰਦਾ ਹੈ ਤਾਂ ਗੁਰੂ ਅਮਰਦਾਸ ਜੀ ਕਹਿੰਦੇ ਮੈਨੂੰ ਇਹ ਦੱਸ ਵੀ ਹੱਠ ਨਾਲ ਭਗਤੀ ਕਰ ਰਿਹਾ ਹੈ ਜਾਂ ਸਮਰਪਿਤ ਹੋ ਕੇ ਰੱਬ ਵਿੱਚ ਲੀਨ ਹੋਣਾ ਚਾਹੁੰਦਾ ਕਿ ਤੂੰ ਰੱਬ ਬਣਨਾ ਚਾਹੁੰਦਾ, ਦੋਵਾਂ ਵਿੱਚੋਂ ਮੈਨੂੰ ਇੱਕ ਕੰਮ ਦੱਸ ਦੇ। ਗੁਰੂ ਅਮਰਦਾਸ ਜੀ ਦੇ ਕੋਲ ਇੱਕ ਸ਼ੇਖ ਆਇਆ, ਬੜੇ ਆਉਂਦੇ ਸਨ ਮਿਲਣ ਵਾਸਤੇ, ਅਤੇ ਜਦੋਂ ਪਹਿਲਾਂ ਆਉਂਦੇ ਸਨ ਉਦੋਂ ਤਾਂ ਦੱਸਣ ਆਉਂਦੇ ਵੀ ਅਸੀਂ ਇੰਨੇ ਸਾਲ ਲਾਏ, ਇੰਨਾ ਕੰਮ ਕੀਤਾ, ਇੰਨੇ ਚੌਂਕੜੇ ਲਾਏ। ਚੰਗੀ ਗੱਲ ਗੁਰੂ ਅਮਰਦਾਸ ਜੀ ਨੂੰ ਉਹਨੇ ਦੱਸਿਆ। ਸਤਿਗੁਰੂ ਕਹਿੰਦੇ ਭਾਈ ਕੰਮ ਤਾਂ ਚੰਗਾ, ਮੈਂ ਥੋੜ੍ਹੀ ਕਹਿਣ ਲੱਗਾ ਵੀ ਤੂੰ ਸ਼ਰਾਬ ਪੀਤੀ, ਚੌਂਕੜੇ ਲਾਇਆ, ਕੁਝ ਨਾ ਕੁਝ ਚੰਗਾ ਤਾਂ ਕੀਤਾ ਹੈ, ਪਰ ਮੈਨੂੰ ਇਹ ਦੱਸ ਵੀ ਤੂੰ ਰੱਬ ਵਿੱਚ ਲੀਨ ਹੋਣ ਲਈ ਇਹ ਕੰਮ ਕੀਤਾ ਜਾਂ ਖੁਦ ਰੱਬ ਬਣਨ ਲਈ ਕੀਤਾ। ਕਹਿਣ ਲੱਗਾ ਇਹ ਤਾਂ ਕਦੀ ਸੋਚੇ ਨਹੀਂ। ਕਹਿੰਦੇ ਪਹਿਲਾਂ ਇਹ ਸੋਚ ਕੇ ਆ, ਫਿਰ ਤੇਰਾ ਜਵਾਬ ਦਿਆਂਗਾ। ਜੇ ਤੂੰ ਰੱਬ ਬਣਨ ਲਈ ਇਹ ਸਭ ਕੁਝ ਕੀਤਾ ਹੈ ਤਾਂ ਇਹ ਕੁਝ ਵੀ ਨਹੀਂ, ਜੇ ਤੂੰ ਉਹਦੇ ਵਿੱਚ ਮਿਲਣਾ ਚਾਹੁੰਦਾ ਤਾਂ ਫਿਰ ਮੈਂ ਤੈਨੂੰ ਅਗਲੀ ਗੱਲ ਦੱਸਾਂਗਾ। ਗੁਰੂ ਅਮਰਦਾਸ ਜੀ ਦਾ ਸ਼ਬਦ ਵੀ ਆਉਂਦਾ ਉਸ ਸ਼ੇਗ ਨੂੰ ਸੰਬੋਧਨ ਕਰਕੇ, ਕਹਿੰਦੇ ਸਿੱਖ ਆ ਅੰਦਰੋਂ ਉਹ ਜ਼ੋਰ ਛੱਡ। ਬੰਦਾ ਇੱਕ ਜ਼ੋਰ ਲਾਉਂਦਾ ਹੈ ਕਾਹਦੇ ਵਾਸਤੇ, ਆ ਕਰਕੇ ਨਾ ਤਾਂ ਮੈਂ ਦੱਸ ਦੇਣਾ ਦੁਨੀਆ ਵਿੱਚ ਨਾਂ ਚਮਕਾ ਦੇਣਾ, ਪਤਾ ਲੱਗ ਜਾ ਇੱਕ ਵਾਰੀ। ਅੱਜ ਕੱਲ੍ਹ ਕਾਹਦੀ ਦੌੜ ਚੱਲੀ ਹਰ ਇੱਕ ਬੰਦੇ ਦੀ, ਉਹ ਕਹਿੰਦਾ ਕੋਈ ਨਾ ਕੋਈ ਨਾ ਨਵਾਂ ਜਿਹਾ ਕੰਮ, ਨਵਾਂ ਝੰਡਾ ਖੜਾ ਕਰੀਏ, ਇੱਕ ਵਾਰੀ ਸਾਰੀ ਕੌਮ ਦਾ ਧਿਆਨ ਮੇਰੇ ਵੱਲ ਹੋਵੇ ਵੀ ਫਲਾਣਾ ਬੰਦਾ ਉੱਠਿਆ ਜੋ ਉਹਨੇ ਕਮਾਲ ਕਰ ਦਿੱਤੀ ਹੈ, ਨਵਾਂ ਇਹਦੇ ਪਿੱਛੇ ਇੱਕ ਬਿਰਤੀ ਕੰਮ ਕਰ ਰਹੀ ਹੈ। ਉਹ ਜ਼ੋਰ ਲਾ ਰਿਹਾ ਆਦਮੀ ਕੁਝ ਬਣਨਾ ਚਾਹੁੰਦਾ ਹੈ, ਅਤੇ ਸੰਪੂਰਨ ਤੌਰ 'ਤੇ ਆਪਾਂ ਕਹਿ ਸਕਦੇ ਹਾਂ ਸਿੱਖੀ ਦੀ ਮੰਜ਼ਿਲ ਕੁਝ ਬਣਨਾ ਨਹੀਂ, ਸਿੱਖੀ ਦੀ ਮੰਜ਼ਿਲ 'ਤੇ ਮਿਟਣਾ ਹੈ। ਹਾਂ, ਮਿਟਣ ਤੋਂ ਬਾਅਦ ਵਿਅਕਤੀ ਉਹ ਬਣ ਸਕਦਾ ਹੈ ਜਿਹਦੀ ਉਹਨੇ ਕਦੀ ਸਕੀਮ ਨਹੀਂ ਸੀ ਬਣਾਈ, ਅਤੇ ਜਿਹਦੇ ਬਾਰੇ ਕਦੀ ਉਹਨੇ ਕਦੀ ਯੋਜਨਾ ਨਹੀਂ ਸੀ ਬਣਾਈ, ਜਿਹਦੇ ਬਾਰੇ ਕਦੀ ਉਹਨੇ ਸੋਚਿਆ ਵੀ ਨਹੀਂ ਸੀ ਕਿ ਮੈਂ ਇਹ ਬਣ ਜਾਵਾਂਗਾ। ਹੈਰਾਨ ਹੋ ਜਾਏਗਾ ਉਹ, ਕਿਉਂਕਿ ਉਹਨੇ ਕਦੀ ਨਹੀਂ ਸੀ ਸੋਚਿਆ। ਕਬੀਰ ਜੀ ਸਾਰੀ ਉਮਰ ਸੋਚਦੇ ਰਹੇ ਮੈਂ ਰੱਬ ਨੂੰ ਜਪਾਂਗਾ, ਇੱਕ ਦਿਨ ਅਚਾਨਕ ਇੱਕ ਪਰਦਾ ਖੁੱਲ੍ਹ ਗਿਆ। ਸਾਰੀ ਉਮਰ ਸੋਚਦੇ ਰਹੇ ਬਈ ਮੈਂ ਰੱਬ ਨੂੰ ਜਪਾਂਗਾ ਅਤੇ ਮੈਂ ਰੱਬ ਦੇ ਪਿੱਛੇ ਤੁਰਾਂਗਾ। ਕਰਦਿਆਂ ਕਰਦਿਆਂ ਇੱਕ ਝਟਕਾ ਲੱਗਾ, ਇੱਕ ਪਰਦਾ ਖੁੱਲ੍ਹਿਆ ਅਤੇ ਚਾਨਣ ਹੋ ਗਿਆ। ਕੀ ਵਹਿੰਦੇ ਨੇ, ਪਤਾ ਲੱਗਾ ਵੀ ਕਬੀਰ ਤੂੰ ਨਹੀਂ ਰੱਬ ਨੂੰ ਜਪਦਾ, ਰੱਬ ਤੈਨੂੰ ਕਬੀਰ ਕਬੀਰ ਕਹਿ ਕੇ ਆਵਾਜ਼ਾਂ ਮਾਰ ਰਿਹਾ ਵੀ ਕਬੀਰ ਮੇਰੇ ਤੋਂ ਦੂਰ ਨਾ ਜਾਈਂ, ਮੇਰੇ ਤੋਂ ਦੂਰ ਨਾ ਜਾਈਂ। ਹੈਰਾਨ ਹੋ ਗਏ ਇਹ ਕਿਵੇਂ ਦੀ ਉਲਟੀ ਗੰਗਾ ਵਹਿ ਤੁਰੀ ਹੈ। ਉਲਟੀ ਹੈ, ਉਲਟੀ ਗੰਗਾ ਵਹਿ ਗਈ, ਪਾਣੀ ਵਾਪਸ ਨੂੰ ਤੁਰ ਪਿਆ। ਲੋਕ ਕਹਿੰਦੇ ਰੱਬ ਨੂੰ ਪੁਕਾਰੋ, ਰੱਬ ਕਬੀਰ ਨੂੰ ਪੁਕਾਰਦਾ ਪਿਆ। ਕਬੀਰ ਜੀ ਥੋੜ੍ਹਾ ਜਿਹਾ ਉੱਠ ਕੇ ਤੁਰੇ, ਆਪਣੇ ਘਰੋਂ ਥੋੜ੍ਹਾ ਜਿਹਾ ਬਾਹਰ ਨਿਕਲੇ ਅਤੇ ਪਿੱਛੋਂ ਫਿਰ ਆਵਾਜ਼ ਆਈ, ਕਬੀਰ ਕਿੱਥੇ ਚੱਲਣਾ ਹੈ? ਹੈਰਾਨ ਹੋ ਗਏ, ਕਹਿੰਦੇ ਮੈਨੂੰ ਵੀ ਨਾਲ ਲੈ ਕੇ ਚੱਲਣੀ। ਰੱਬ ਦੀ ਆਵਾਜ਼ ਸੀ, ਤੇਰੇ ਤੋਂ ਬਿਨਾਂ ਮੇਰਾ ਦਿਲ ਨਹੀਂ ਲੱਗਦਾ। ਕਿੰਨੀ ਡੂੰਘੀ ਹੈ ਗੱਲ, ਕਿੰਨਾ ਡੂੰਘਾ ਇਹ ਰਿਲੇਸ਼ਨ ਸੰਬੰਧ ਹੈ। ਅਤੇ ਕਬੀਰ ਜੀ ਦੇ ਵੱਖਰੇ ਗਿਆਨ ਨੂੰ ਉਹਨਾਂ ਨੇ ਫਿਰ ਲਿਖਤ ਵਿੱਚ ਲੈ ਆਂਦਾ, ਪਰ ਉਹਦੇ ਬਾਰੇ ਪਹਿਲਾਂ ਇੱਕ ਦੱਸਿਆ ਸੀ ਵੀ ਇਹ ਤਾਂ ਹੋਇਆ ਵੀ ਮੇਰਾ ਮਨ ਬਿਲਕੁਲ ਨਿਰਮਲ ਹੋ ਚੁੱਕਾ ਸੀ, ਉਦੋਂ ਬਾਅਦ ਹੋਇਆ। ਫਿਰ ਕਹਿੰਦੇ ਵੀ ਕਬੀਰ ਮਨ ਨਿਰਮਲ ਪਿਆ, ਜੈਸਾ ਗੰਗਾ ਨੀਰ ਪਾਛੈ ਲਾਗੋ ਹਰ ਫਿਰੈ, ਪਾਛੈ ਲਾਗੋ ਪਿੱਛੇ ਪਿੱਛੇ ਫਿਰਦਾ। ਕੀ ਕਹਿੰਦਾ, ਕਹਿਤ ਕਬੀਰ ਕਬੀਰ, ਆਵਾਜ਼ਾਂ ਦਿੰਦਾ ਪਿੱਛੋਂ। ਉਲਟੀ ਗੱਲ ਹੋ ਗਈ ਸਾਰੀ। ਪਰੰਪਰਾ ਅਤੇ ਮਰਿਆਦਾ ਇੱਕ ਚੀਜ਼ ਹੈ, ਇਹ ਨਿਭਾਉਣੀ ਚੰਗੀ ਹੈ, ਪਰ ਜਦੋਂ ਵਿਅਕਤੀ ਨੇਮ ਨੂੰ ਚੰਗੀ ਤਰ੍ਹਾਂ ਨਿਭਾ ਲਵੇ, ਪਰੰਪਰਾ ਨੂੰ, ਮਰਿਆਦਾ ਨੂੰ, ਅਤੇ ਇਸ ਹੱਦ ਨੂੰ ਟੱਪ ਕੇ ਅੱਗੇ ਜਾਏਗਾ ਨਾ, ਉੱਥੇ ਹੈਰਾਨ ਹੋਏਗਾ ਵੀ ਆਹ ਚੀਜ਼ਾਂ ਉੱਥੇ ਨਹੀਂ ਚੱਲਦੀਆਂ ਜਿੱਥੇ ਆਪਾਂ ਤੁਰ ਰਹੇ ਹਾਂ। ਇਦੂ ਪਾਰ ਹੈ ਉਹ ਦੁਨੀਆ, ਅਗਲੀ ਹੈ।
ਉੱਥੇ ਇੱਕੋ ਜਿਹਾ ਹੋ ਜਾਂਦਾ ਸਾਰਾ ਕੁਝ। ਆਪਸ ਕੋ ਆਪੇ ਆਦੇਸ਼, ਤਿਹ ਗੁਣ ਕਾ ਨਾਹੀ ਪਰਵੇਸ਼, ਵੱਖਰਾ ਹੋ ਗਿਆ। ਗੱਲ ਕਰ ਰਿਹਾ ਸੀ ਗੁਰੂ ਅਮਰਦਾਸ ਜੀ ਨੇ ਕਿਹਾ ਤੂੰ ਤਾਂ ਜ਼ੋਰ ਲਾਈ ਜਾਂਦਾ, ਮੈਂ ਹੋਵਾਂ ਸਿੱਧ, ਹੋਵਾਂ ਸਿੱਧ ਲਾਈ ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰੱਖੇ ਭਾਓ, ਲੋਕ ਬੜਾ ਪਿਆਰ ਕਰਨ, ਗੁਪਤ ਹੋ ਜਾਂ ਪ੍ਰਗਟ ਹੋ ਜਾਂ ਪਿੱਛੇ ਭੱਜੇ ਫਿਰਨ, ਹੋ ਉਸ ਤਰ੍ਹਾਂ ਵੀ ਜਾਏਗਾ, ਖਿਆਲ ਰੱਖਣਾ। ਦੂਜੇ ਮਾਰਗ ਦੇ ਰਾਹੀਂ ਵੀ ਹੋਏਗਾ, ਕੋਈ ਸ਼ੱਕ ਨਹੀਂ। ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ, ਕੀ ਮਜਾਲ ਕਿਸੇ ਦੀ ਸਿਰ ਚੁੱਕ ਜਾਏ ਜੇ ਗੁਰੂ ਸਿਰ 'ਤੇ ਹੱਥ ਰੱਖਦਾ, ਕੋਈ ਨਹੀਂ ਹਿੱਲ ਸਕੇਗਾ। ਪਰ ਉਹ ਮਾਰਗ ਦੂਜਾ ਹੈ, ਇੱਕ ਪਾਸੇ ਬੰਦਾ ਮਿਹਨਤ ਕਰਕੇ ਕੁਝ ਬਣਨਾ ਚਾਹੁੰਦਾ, ਇੱਕ ਪਾਸੇ ਉਹ ਰੱਬ ਨਾਲ ਇੱਕਮਿੱਕ ਹੋਣ ਦੀ ਕੋਸ਼ਿਸ਼ ਕਰਦਾ, ਅਤੇ ਇੱਕ ਪਾਸੇ ਇਉਂ ਕਹਿ ਲਵੋ ਬੰਦੇ ਕੋਲ ਇੱਕ ਚਾਰ ਬਾਲਟੀਆਂ ਪਾਣੀ ਹੈ ਅਤੇ ਇੱਕ ਪਾਸੇ ਸਮੁੰਦਰ ਹੱਥ ਵਿੱਚ ਆ ਗਿਆ, ਦੋਵਾਂ ਵਿੱਚ ਫਰਕ ਬਹੁਤ ਵੱਡਾ ਹੈ। ਇਸ ਤਰ੍ਹਾਂ ਦੋ ਮਾਰਗ ਮੈਂ ਕਹਿ ਰਿਹਾ ਸੀ। ਗੁਰੂ ਅਮਰਦਾਸ ਜੀ ਕਹਿ ਰਹੇ ਨੇ ਕਿ ਸ਼ੇਖਾ ਅੰਦਰੋਂ ਜ਼ੋਰ ਛੱਡ, ਜ਼ੋਰ ਲਾਉਣਾ ਛੱਡ ਦੇ, ਸਮਰਪਿਤ ਹੋਣਾ ਸਿੱਖ ਲੈ, ਤੂੰ ਭਉ ਕਰ। ਉਹਨੇ ਪੁੱਛਿਆ ਵੀ ਜ਼ੋਰ ਕਿਵੇਂ ਛੱਡਾਂ, ਅਤੇ ਗੁਰੂ ਅਮਰਦਾਸ ਜੀ ਨੇ ਇੱਕੋ ਪੰਕਤੀ ਵਿੱਚ ਸਿੱਖਿਆ ਵੀ ਦਿੱਤੀ ਅਤੇ ਉਹਦੇ ਸਵਾਲ ਦਾ ਜਵਾਬ ਫਿਰ ਦਿੱਤਾ। ਜਦੋਂ ਉਹਨੂੰ ਕਿਹਾ ਨਾ ਵੀ ਜ਼ੋਰ ਨਾ ਲਾ, ਉਹ ਕਹਿੰਦਾ ਜੀ ਜ਼ੋਰ ਲਾਉਣਾ ਕਿਵੇਂ ਛੱਡਾਂ, ਹੁਣ ਪੁਰਾਣੀ ਆਦਤ ਪਈ ਹੈ। ਕਹਿੰਦੇ ਤੂੰ ਭਉ ਕਰ, ਤੂੰ ਰੱਬ ਦੇ ਭਉ ਵਿੱਚ ਰਿਹਾ ਕਰ। ਭਉ ਦੇ ਅਰਥ ਕੀ ਹੈ, ਉਹਨੂੰ ਕੋਲ ਸਮਝਿਆ ਕਰ, ਤੇਰੇ ਨੇੜੇ ਹੈ। ਹਨੇਰੀ ਆ ਜਾਏਗੀ ਇੱਕ ਵਾਰੀ ਜ਼ਿੰਦਗੀ ਦੇ ਵਿੱਚ, ਉਹਦੇ ਨਾਲ ਰਹਿਣਾ ਔਖਾ ਹੋ ਜਾਏਗਾ, ਕਿਉਂਕਿ ਤੂੰ ਇਕੱਲਾ ਨਹੀਂ ਰਹਿ ਸਕੇਗਾ, ਤੂੰ ਮਨ ਮਰਜ਼ੀ ਨਹੀਂ ਕਰ ਸਕੇਗਾ, ਉਹ ਤੇਰੀ ਬਾਂਹ ਫੜ ਲਏਗਾ, ਝੂਠ ਬੋਲਣ ਲੱਗਿਆ ਤੇਰੇ ਮੂੰਹ 'ਤੇ ਹੱਥ ਰੱਖ ਦੇਗਾ, ਤੇਰੇ ਨਾਲ ਨਾਲ ਤੁਰਨਾ ਸ਼ੁਰੂ ਕਰ ਦੇਗਾ। ਤੂੰ ਭਉ ਕਰ, ਝੱਲ ਗਵਾਏ, ਝੱਲ ਦਾ ਅਰਥ ਹੈ ਕਮਲਾਪਣ, ਆ ਕਮਲਾਪਣ ਛੱਡਦੇ ਐਵੇਂ ਟਾਈਮ ਨਾ ਗੁਜ਼ਾਰ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕਹਿੰਦੇ ਨੇ ਮੈਂ ਧਰਮ ਦੇ ਮਾਰਗ 'ਤੇ ਵੇਖਿਆ, ਉੱਥੇ ਲੋਕ ਬੁੱਧੀ ਦੀ ਵਰਤੋਂ ਨਹੀਂ ਕਰਦੇ, ਉੱਥੇ ਕਬੁੱਧੀ ਦੀ ਵਰਤੋਂ ਕਰਦੇ। ਔਰ ਕਹਿੰਦੇ ਸਾਨੂੰ ਭੇਜਿਆ ਅਕਾਲ ਪੁਰਖ ਵਾਹਿਗੁਰੂ ਨੇ ਇਹ ਕਹਿ ਕੇ ਕਿ ਜਾਏ ਤਾਂ ਤੈ ਧਰਮ ਚਲਾਏ, ਕਬੁੱਧ ਕਰਨ 'ਤੇ ਲੋਕ ਹਟਾਏ। ਲੋਕਾਂ ਨੂੰ ਕਿਹਾ ਭਾਈ ਪੁੱਠੇ ਕੰਮਾਂ ਵਿੱਚ ਕਿਉਂ ਪਏ, ਤੁਸੀਂ ਪ੍ਰੇਮ ਕਰਨਾ ਸੀ ਅਕਾਲ ਪੁਰਖ ਨੂੰ। ਇਹ ਵਿਸ਼ਾ ਮੈਂ ਤਾਂ ਲੈ ਰਿਹਾ, ਅੱਜ ਦੀਆਂ ਦੋਵੇਂ ਪੌੜੀਆਂ ਉਹਨਾਂ ਲੋਕਾਂ ਨਾਲ ਸੰਬੰਧ ਰੱਖਦੀਆਂ ਨੇ ਜਿਨ੍ਹਾਂ ਨੇ ਜਪ ਤਪ ਕੀਤੇ, ਜਿਨ੍ਹਾਂ ਸਮਾਧੀਆਂ ਲਾਈਆਂ, ਜਿਨ੍ਹਾਂ ਰਿੱਧੀਆਂ ਸਿੱਧੀਆਂ ਇਕੱਠੀਆਂ ਕੀਤੀਆਂ, ਜਿਨ੍ਹਾਂ ਵਰ ਦਿੱਤੇ, ਜਿਨ੍ਹਾਂ ਸਰਾਪ ਦਿੱਤੇ, ਜਿਨ੍ਹਾਂ ਆਪਣੇ ਆਪ ਨੂੰ ਰੱਬ ਕਿਹਾ। ਪਿੱਛੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਲੰਘਿਆ, ਮੈਂ ਇੱਕ ਥਾਂ 'ਤੇ ਬੇਨਤੀ ਕੀਤੀ ਸੀ, ਹੁਣ ਫਿਰ ਦੁਹਰਾ ਦਿਆਂ। ਕਿਸੇ ਕਿਹਾ ਸੀ ਵੀ ਹੋਰ ਗੁਰੂਆਂ ਵਿੱਚ ਅਤੇ ਗੁਰੂ ਸਾਹਿਬ ਵਿੱਚ ਕੀ ਫਰਕ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਮੈਂ ਕਿਹਾ ਵੀ ਮੈਨੂੰ ਇੰਝ ਲੱਗਦਾ ਹੋਰ ਲੋਕ ਕਹਿੰਦੇ ਨੇ ਅਸੀਂ ਰੱਬ ਹਾਂ ਅਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਵੀ ਤੇਰੇ ਵਿੱਚ ਰੱਬ ਹੈ, ਤੂੰ ਮੈਨੂੰ ਰੱਬ ਨਾ ਕਹਿ, ਆਪਣੇ ਵਿੱਚੋਂ ਲੱਭ, ਫੋਲ ਆਪਣੇ ਆਪ ਨੂੰ, ਬਸ ਫਰਕ ਇੰਨਾ ਹੀ ਹੈ। ਉਹ ਕਹਿੰਦੇ ਅਸੀਂ ਰੱਬ ਹਾਂ, ਆਓ ਤੁਹਾਨੂੰ ਚਾਰ ਦਿਨਾਂ ਵਿੱਚ ਚਾਨਣ ਵਿਖਾ ਦਿਆਂਗੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਵੀ ਕੋਈ ਚਾਨਣ ਨਹੀਂ, ਪਹਿਲਾਂ ਅੰਦਰੋਂ ਗੰਦ 'ਤੇ ਕੱਢ, ਚਾਨਣ ਫਿਰ ਹੋਵੇਗਾ। ਐਵੇਂ ਝੂਠੀਆਂ ਲਾਈਟਾਂ ਦੇ ਪਿੱਛੇ ਨਾ ਤੁਰਿਆ ਫਿਰ, ਖੋਜ ਆਪਣੇ ਆਪ ਨੂੰ, ਬੰਦੇ ਖੋਜ ਦਿਲ ਹਰ ਰੋਜ਼, ਫਿਰ ਨਾ ਪਰੇਸ਼ਾਨੀ ਮਾਹੇ। ਤਾਂ ਜਦੋਂ ਇਸ ਮਾਰਗ ਦੇ ਉੱਤੇ ਇੱਕ ਮਾਰਗ ਹੈ ਸ਼ਕਤੀ ਦਾ, ਇੱਕ ਮਾਰਗ ਹੈ ਸਮਰਪਣ ਦਾ, ਮੈਂ ਹੁਣ ਅੱਗੇ ਸਮੇਂ ਵਿੱਚ ਰਹਿ ਕੇ ਇਸ ਪਾਸੇ ਵੱਲ ਤੁਰਾਂਗਾ। ਇੱਕ ਮਾਰਗ ਜਦੋਂ ਅਸੀਂ ਪਾਠ ਕਰਾਂਗੇ, ਜਦੋਂ ਅਸੀਂ ਭਜਨ ਬੰਦਗੀ ਕਰਾਂਗੇ, ਇੱਕ ਥਾਂ 'ਤੇ ਦੋ ਸੜਕਾਂ ਪਾਟਣਗੀਆਂ। ਇੱਕ ਇੱਧਰ ਨੂੰ ਜਾਏਗੀ, ਉਹਨੂੰ ਕਹਿਣਗੇ ਸ਼ਕਤੀ, ਇੱਕ ਦੂਜੀ ਪਾਸੇ ਜਾਏਗੀ, ਉਹਨੂੰ ਕਹਿਣਗੇ ਸਮਰਪਣ, ਯਾਨੀ ਕਿ ਸੌਂਪ ਦੇਣਾ। ਹਉ ਨਾਹੀਂ ਕਿਛ ਮੈਂ ਨਾਹੀਂ, ਕਿਛ ਆਹੇ ਨਾ ਮੋਰਾ, ਭਗਤੀ ਵੀ ਤੇਰੀ, ਮੈਂ ਵੀ ਤੇਰਾ, ਸਭ ਕੁਝ। ਹੁਣ ਉੱਥੇ ਸਾਧਕ ਜੇ ਤਾਂ ਸੰਗਤ ਕਰਦਾ, ਜਿਵੇਂ ਦੀ ਸੰਗਤ ਵਿੱਚ, ਉਸ ਮੋੜ 'ਤੇ ਆ ਕੇ ਉਹ ਕਈ ਸਾਧਕ ਬੜਾ ਬੜਾ ਚਿਰ ਖੜ੍ਹੇ ਰਹਿੰਦੇ ਨੇ ਵੀ ਹੁਣ ਕਿਹਨੂੰ ਚੁਣਾ, ਸ਼ਕਤੀ ਨੂੰ ਕਿ ਸਮਰਪਣ। ਉਹਨੂੰ ਸ਼ਕਤੀ ਵਾਲੇ ਬੋਰਡ 'ਤੇ ਲਿਖਿਆ ਹੋਵੇਗਾ ਇੱਧਰ ਆਓ, ਜੋ ਕਹੋਗੇ ਮੂੰਹ ਹੋਣਾ ਸ਼ੁਰੂ ਹੋ ਜਾਏਗਾ, ਤੁਹਾਡੇ ਪਿੱਛੇ ਲੋਕ ਭੱਜਣਗੇ, ਤੁਹਾਡੀ ਗੱਡੀ ਸਾਫ਼ ਕਰਨਗੇ। ਸ਼ਕਤੀ ਹੈ, ਆਏਗੀ ਰਿੱਧੀ ਸਿੱਧੀ, ਇੱਧਰ ਹੈ
ਦੂਜੇ ਪਾਸੇ ਲਿਖਿਆ ਹੋਵੇਗਾ ਇੱਧਰ ਆਓ ਤੁਹਾਡੇ ਮਨ ਨੂੰ ਠੰਡ ਪਏਗੀ। ਜਿੱਦਣ ਸਮਰਪਣ ਹੈ, ਜਿੱਦਣ ਗੁਰਮਤਿ ਦੀ ਰਾਹ ਹੈ, ਤੁਹਾਡੇ ਅੰਦਰ ਮੀਂਹ ਪੈਣਾ ਸ਼ੁਰੂ ਹੋ ਜਾਏਗਾ। ਕੋਈ ਬਲਦੀ ਹੋਈ ਚਿਖਾ ਬੁੱਝੇਗੀ ਤੁਹਾਡੇ ਅੰਦਰ, ਤ੍ਰਿਸ਼ਨਾ ਘਟੇਗੀ ਤੁਹਾਡੀ, ਲਾਟਾਂ ਮੱਠੀਆਂ ਪੈ ਜਾਣਗੀਆਂ, ਤੁਹਾਡਾ ਇਸ਼ਨਾਨ ਹੋਣਾ ਸ਼ੁਰੂ ਹੋ ਜਾਏਗਾ ਅੰਦਰ ਦਾ। ਤੁਸੀਂ ਇੰਝ ਪ੍ਰਤੀਤ ਕਰੋਗੇ ਵੀ ਹੁਣੇ ਨਹਾ ਕੇ ਆਇਆ, ਤੁਹਾਨੂੰ ਦੁੱਖ ਭੁੱਲਣੇ ਸ਼ੁਰੂ ਹੋ ਜਾਣਗੇ, ਤੁਹਾਡਾ ਅੰਦਰਲਾ ਪਿਛਲਾ ਮਰਨਾ ਸ਼ੁਰੂ ਹੋ ਜਾਏਗਾ, ਨਵਾਂ ਜਿਉਣਾ ਸ਼ੁਰੂ ਹੋ ਜਾਏਗਾ, ਨਵੀਂ ਜ਼ਿੰਦਗੀ ਮਿਲੇਗੀ। ਇਹ ਹੈ ਸਮਰਪਣ ਦਾ, ਗੁਰੂ ਦਾ ਰਾਹ। ਜਿੱਦਣ ਮੈਂ ਟੂਕ ਮਾਤਰ ਛੋਟੀ ਗੱਲ ਕਹਾਂਗਾ, ਇੱਕ ਜਰਨੈਲ 20 ਸਾਲ ਦੀ ਉਮਰ ਵਿੱਚ ਭਰ ਜਵਾਨੀ ਵਿੱਚ ਦਿੱਲੀ ਤੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਕਹਿ ਕੇ ਫੜਨ ਵਾਸਤੇ ਆਇਆ ਸੀ ਸੈਦ ਖਾਨ, ਕਿ ਔਰੰਗਜ਼ੇਬ ਨੂੰ ਕਿਹਾ ਸੀ ਵੀ ਮੈਂ ਗੁਰੂ ਗੋਬਿੰਦ ਸਿੰਘ ਨੂੰ ਫੜ ਕੇ ਲਿਆਵਾਂਗਾ। ਜਦੋਂ ਸਾਹਮਣੇ ਆਏ ਨਾ ਮੈਦਾਨ ਵਿੱਚ, ਤਾਂ ਸੈਦ ਖਾਂ ਬੜੇ ਜ਼ੋਰ ਵਿੱਚ ਸੀ, ਔਰੰਗਜ਼ੇਬ ਨੇ ਸਾਰੀ ਫੌਜ ਉਹਨੂੰ ਸੌਂਪ ਦਿੱਤੀ ਸੀ ਵੀ ਇਸ ਵਾਰੀ ਦੋ ਟੁੱਕ ਫੈਸਲਾ ਕਰ। ਅਤੇ ਸੈਦ ਖਾਨ ਦੀ ਭੈਣ ਸੀ ਪੀਰ ਬੁੱਧੂ ਸ਼ਾਹ ਦੀ ਘਰਵਾਲੀ ਨਸੀਰਾਂ, ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੀ ਭੌਰੀ ਸੀ, ਸੰਤ ਸੀ। ਉਹਨੇ ਅਰਦਾਸ ਕੀਤੀ, ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਇਹ ਜਿਹੜਾ ਬੰਦਾ ਚੜ੍ਹ ਕੇ ਆਇਆ ਸੰਸਾਰਕ ਤੌਰ 'ਤੇ ਮੇਰਾ ਭਰਾ ਲੱਗਦਾ, ਮੈਨੂੰ ਇਹਦੀ ਮੂਰਖਤਾ 'ਤੇ ਬਹੁਤ ਸ਼ੋਕ ਹੈ, ਤੁਹਾਡੇ ਕੋਲ ਆਇਆ, ਕਿਰਪਾ ਕਰ ਦਿਓ, ਇਹਨੂੰ ਬਖਸ਼ ਦਿਓ। ਅਰਦਾਸ ਕੀਤੀ, ਗੁਰੂ ਗੋਬਿੰਦ ਸਿੰਘ ਆਏ ਮੈਦਾਨ ਵਿੱਚ ਅਤੇ ਸੈਦ ਖਾਨ ਨੂੰ ਨਜ਼ਰ ਭਰ ਕੇ ਵੇਖਿਆ, ਅੰਦਰ ਚੇਂਜ ਕਰ ਦਿੱਤਾ, ਕਿਉਂਕਿ ਵਿੱਚ ਕੋਈ ਆ ਗਿਆ ਸੀ ਵਿਚੋਲਾ, ਉਹ ਲੋਕ ਐਸੇ ਨੇ। ਸੈਦ ਖਾਨ ਨੇ ਜਦੋਂ ਗੁਰੂ ਗੋਬਿੰਦ ਸਿੰਘ ਵੱਲ ਵੇਖਿਆ, ਉਹਨੇ ਆਪਣੇ ਅੰਦਰ ਕੋਈ ਚੀਜ਼ ਮਰਦੀ ਵੇਖੀ ਪੁਰਾਣੀ, ਉਹਨੂੰ ਇੰਝ ਲੱਗਾ ਮੈਂ ਮਰਦਾ ਜਾ ਰਿਹਾ ਅੰਦਰੋਂ। ਕਬੀਰ ਸਤਿਗੁਰ ਸੂਰਮੇ ਬਾਇਆ ਬਾਣ ਜੋ ਏਕ, ਲਾਗਤ ਹੀ ਭੋਏ ਗਿਰ ਪਰਿਆ, ਪਰਾ ਕਰੇ ਜੇ ਸ਼ੇਕ। ਜਦੋਂ ਗੁਰੂ ਗੋਬਿੰਦ ਸਿੰਘ ਸਾਹਮਣੇ ਆਏ, ਘੋੜੇ ਤੋਂ ਉੱਤਰ ਪਿਆ, ਅਦਬ ਵਿੱਚ ਆ ਗਿਆ, ਤੀਰ ਸਿੱਟ ਦਿੱਤਾ, ਤਲਵਾਰ ਸਿੱਟ ਦਿੱਤੀ, ਪਿੱਛੇ ਤੋਪਖਾਨਾ ਖੜਾ ਹੈ, ਪਿੱਛੇ ਬੜੀ ਭਾਰੀ ਗਾਰਦ ਖੜੀ ਹੈ ਫੌਜ ਔਰੰਗਜ਼ੇਬ ਦੀ। ਉਹ ਵੀ ਹੈਰਾਨ ਵੀ ਏਡਾ ਵੱਡਾ ਜਰਨੈਲ, ਜਵਾਨ ਉਮਰ, ਘੋੜੇ ਤੋਂ ਉੱਤਰ ਕੇ ਤਲਵਾਰ ਸਿੱਟ ਕੇ ਗੁਰੂ ਗੋਬਿੰਦ ਸਿੰਘ ਦੇ ਘੋੜੇ ਵੱਲ ਜਾ ਰਿਹਾ, ਭੱਜ ਕੇ ਜਾ ਕੇ ਸਤਿਗੁਰੂ ਦੇ ਚਰਨ ਫੜ ਲਏ। ਹਜ਼ੂਰ ਕਹਿੰਦੇ, ਸੈਦ ਖਾਂ ਲਿਆ ਉਹ ਰੱਸੀ ਕਿੱਥੇ ਵੇ ਜਿਹਦੇ ਨਾਲ ਤੂੰ ਔਰੰਗਜ਼ੇਬ ਨੂੰ ਕਹਿ ਕੇ ਆਇਆ ਮੈਂ ਗੁਰੂ ਗੋਬਿੰਦ ਸਿੰਘ ਨੂੰ ਬੰਨ੍ਹ ਕੇ ਲਿਆਉਣਾ, ਕੱਢ ਮੈਨੂੰ ਬੰਨ, ਮੈਂ ਤਾਂ ਹੀ ਆਇਆ, ਤੂੰ ਮੈਨੂੰ ਬੰਨ ਲੈ। ਸੈਦ ਖਾਂ ਕੋਲ ਸ਼ਬਦ ਨਹੀਂ ਸਨ, ਕਹਿਣ ਲੱਗਾ ਮਹਾਰਾਜ ਉਹ ਰੱਸੀ ਤਾਂ ਪਤਾ ਨਹੀਂ ਕਿੱਥੇ ਰਹਿ ਗਈ, ਹੁਣ ਤਾਂ ਤੁਸੀਂ ਆਪਣੀ ਰੱਸੀ ਕੱਢੋ ਅਤੇ ਇਸ ਗੁਲਾਮ ਦੇ ਗਲੇ ਵਿੱਚ ਪਾ ਲਓ, ਅਤੇ ਸਾਰੀ ਉਮਰ ਇਹ ਰੱਸੀ ਖੋਲ੍ਹਿਆ ਜੇ ਨਾ, ਮੇਰੇ ਗਲੇ ਵਿੱਚ ਰੱਸੀ ਪਾ ਕੇ ਸਦਾ ਵਾਸਤੇ ਆਪਣੇ ਨਾਲ ਰੱਖੋ। ਇੱਕ ਪਲ ਲੱਗਾ, ਘਟਨਾ ਵਾਪਰ ਗਈ, ਪਿੱਛੋਂ ਆਵਾਜ਼ਾਂ ਆਈਆਂ, ਵੱਡੇ ਵੱਡੇ ਜਿਹੜੇ ਸਾਥੀ ਸਨ ਉਹਨਾਂ ਕਿਹਾ, ਸੈਦ ਖਾਨ ਤੇਰੇ ਵਿੱਚ ਮੋਮਣਾ ਵਾਲੀ ਅਣਖ ਮਰ ਗਈ, ਮੈਂ ਗੱਲ ਕਰ ਰਿਹਾ ਸੀ ਉਸ ਰਸਤੇ 'ਤੇ ਬੰਦੇ ਦੇ ਅੰਦਰੋਂ ਚੀਜ਼ਾਂ ਮਰਦੀਆਂ ਨੇ ਅਤੇ ਨਵੀਆਂ ਜਿਉਂਦੀਆਂ ਹੁੰਦੀਆਂ। ਸੈਦ ਖਾਨ ਨੂੰ ਜਦੋਂ ਪਿੱਛੋਂ ਕਿਹਾ, ਸੈਦ ਖਾਨ ਕਿਉਂ ਤੂੰ ਅੰਦਰੋਂ ਆਪਣੀ ਅਣਖ ਨੂੰ ਗਵਾ ਬੈਠਾ ਗੁਰੂ ਦੇ ਅੱਗੇ, ਅਤੇ ਸੈਦ ਖਾਨ ਨੇ ਇੱਕ ਗੱਲ ਕਹੀ ਸੀ, ਭਾਈ ਜਾਓ ਔਰੰਗਜ਼ੇਬ ਨੂੰ ਮੇਰਾ ਇੱਕ ਸੰਦੇਸ਼ ਦੇ ਦੇਣਾ, ਇੱਕ ਮੇਰਾ ਸੰਦੇਸ਼ਾ ਦੇ ਦੇਣਾ, ਔਰੰਗਜ਼ੇਬ ਤੇਰਾ ਸੈਦ ਖਾਨ ਮਰ ਗਿਆ ਅਤੇ ਗੁਰੂ ਗੋਬਿੰਦ ਸਿੰਘ ਦਾ ਸੈਦ ਖਾਨ ਜਿਉਂਦਾ ਹੋ ਗਿਆ ਹੈ, ਉਹ ਪਿਛਲਾ ਗਿਆ, ਹੁਣ ਉਹ ਨਹੀਂ ਰਿਹਾ ਇੱਥੇ। ਜਿਹੜਾ ਰਸਤਾ ਗੁਰੂ ਦੇ ਪਿਆਰ ਵਾਲਾ ਹੈ, ਉੱਥੇ ਸਾਡੇ ਅੰਦਰਲਾ ਪਿਛਲਾ ਮਰ ਜਾਏਗਾ, ਸਾਰੀਆਂ ਇੱਛਾਵਾਂ, ਸਾਰੀਆਂ ਸਾਡੀਆਂ ਕੁਝ ਬਣਨ ਦੀਆਂ ਇੱਛਾਵਾਂ ਖਤਮ ਹੋ ਜਾਣਗੀਆਂ। ਹਾਂ, ਇਸ ਮਾਰਗ 'ਤੇ ਅੱਗੇ ਜਾ ਕੇ ਜਿਹੜੀਆਂ ਉਹ ਸ਼ਕਤੀ ਵਾਲੇ ਰਾਹ 'ਤੇ ਚੀਜ਼ਾਂ ਸਨ ਨਾ ਰਿੱਧੀਆਂ ਸਿੱਧੀਆਂ, ਉਹ ਵੀ ਸਾਰੀਆਂ ਆ ਕੇ ਖਲੋ ਜਾਣਗੀਆਂ ਬਾਅਦ ਵਿੱਚ, ਪਹਿਲਾਂ ਨਹੀਂ ਆਉਣਗੀਆਂ।
ਹੁਣ ਉਹ ਜਿਹੜੀਆਂ ਤਾਕਤਾਂ ਨਾ ਗੁਰੂ ਵਾਲੀਆਂ ਹੋਣਗੀਆਂ, ਇਕੱਲੀਆਂ ਸਿੱਧੀਆਂ ਨਹੀਂ ਵਰਤੇਗਾ, ਹੈਣ ਉਹਨਾਂ ਕੋਲ ਵੀ ਤਾਕਤਾਂ, ਇਹ ਨਹੀਂ ਵੀ ਲੋਕ ਉਹਨਾਂ ਦੇ ਪਿੱਛੇ ਨਹੀਂ ਭੱਜਣਗੇ, ਸਾਰੀਆਂ ਤਾਕਤਾਂ ਸਗੋਂ ਕਈ ਹਜ਼ਾਰ ਗੁਣਾ ਵੱਧ ਜਾਣਗੀਆਂ। ਪਰ ਜਿਹੜੇ ਸ਼ਕਤੀ ਦੇ ਰਾਹ 'ਤੇ ਗਏ ਉਹ ਆਪ ਵੀ ਭਟਕ ਗਏ, ਉਹਨਾਂ ਲੋਕਾਂ ਨੂੰ ਵੀ ਭਟਕਾ ਦਿੱਤਾ। ਉਹਨਾਂ ਨੇ ਧਰਮ ਦੀ ਸ਼ਕਤੀ ਇਸੇ ਨੂੰ ਤਾਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਅਕਾਲ ਪੁਰਖ ਨੇ ਕਿਹਾ ਸੀ ਕਿ ਜਾਓ ਦੁਨੀਆਂ ਵਿੱਚ ਲੋਕ ਰਿੱਧੀਆਂ ਸਿੱਧੀਆਂ ਜਾਦੂ ਟੂਣਿਆਂ ਵਿੱਚ ਫਸ ਕੇ ਮੈਨੂੰ ਭੁੱਲ ਚੁੱਕੇ ਨੇ, ਉਹਨਾਂ ਨੂੰ ਮੇਰਾ ਸੰਦੇਸ਼ ਦਿਓ, ਉਹਨਾਂ ਨੂੰ ਮੇਰਾ ਉਪਦੇਸ਼ ਦਿਓ, ਉਹਨਾਂ ਨੂੰ ਮੇਰੇ ਨਾਲ ਜੁੜਨ ਦੀ ਜਾਚ ਦੱਸ ਦਿਓ, ਉਹਨਾਂ ਨੂੰ ਸਿਮਰਨ ਨਾਲ ਜੋੜੋ ਔਰ ਉਹਨਾਂ ਨੂੰ ਦੱਸੋ ਵੀ ਧਰਮ ਦਾ ਅਸਲੀ ਸਰੂਪ ਕੀ ਹੈ। ਧਿਆਨ ਦੇਣਾ, ਚੀਜ਼ ਦਾ ਸਰੂਪ ਪਤਾ ਲੱਗਣਾ ਚਾਹੀਦਾ। ਜਿੰਨਾ ਚਿਰ ਕਿਸੇ ਚੀਜ਼ ਦੇ ਸਰੂਪ ਦਾ ਗਿਆਨ ਹੀ ਨਹੀਂ, ਧਰਮ ਹੈ ਕੀ ਹੈ, ਧਰਮ ਦੇ ਅਰਥ ਕੀ ਕਰਨੇ ਆ, ਅਤੇ ਜ਼ਿਆਦਾਤਰ ਧਰਮ ਦੇ ਅਰਥ ਠੀਕ ਨਹੀਂ ਕੀਤੇ ਜਾਂਦੇ ਸਾਡੇ ਉਪਦੇਸ਼ਕਾਂ ਨੇ ਸਾਡੀਆਂ ਸਟੇਜਾਂ ਤੋਂ। ਧਰਮ ਦੇ ਅਰਥ ਬੰਦੇ ਦੀ ਲੋਭ ਦੀਆਂ ਪ੍ਰਵਿਰਤੀਆਂ ਨੂੰ ਜਗਾਏ ਜਾਂਦਾ, ਕਿੱਥੇ ਨਾਮ ਦੀ ਗੱਲ ਚੱਲੇਗੀ, ਕਿੱਥੇ ਰੱਬ ਦੀ ਗੱਲ ਹੋਵੇਗੀ। ਗੁਰਦੁਆਰਾ ਬਣੇ ਕਾਹਦੇ ਵਾਸਤੇ ਸੀ? ਮੈਂ ਪਿੱਛੇ ਵੀ ਇੱਕ ਘਟਨਾ ਸੁਣਾਈ ਸੀ ਉਸ ਸੰਨਿਆਸੀ ਦੀ ਜਿਹੜਾ ਕਿਤੇ ਡਿੱਗ ਪਿਆ ਸੀ ਅਤੇ ਗੁਰੂ ਨਾਨਕ ਦੇਵ ਜੀ ਨੇ ਉਹਨੂੰ ਬਚਾਇਆ ਉਸ ਪਹਾੜ ਤੋਂ ਪ੍ਰਤੱਖ ਹੋ ਕੇ, ਕਿਉਂਕਿ ਉਹ ਬੜੀਆਂ ਰਿੱਧੀਆਂ ਸਿੱਧੀਆਂ ਅਤੇ ਯੋਗ ਜਾਣਦਾ ਸੀ, ਸਵਾਮੀ ਰਾਮ ਉਹਦਾ ਨਾਮ। ਜਦੋਂ ਗੁਰੂ ਸਾਹਿਬ ਨੇ ਉਹਨੂੰ ਬਚਾਇਆ ਹੈਰਾਨ ਹੋ ਗਿਆ ਵੀ ਜਿਸ ਗੁਰੂ ਨੂੰ ਮੈਂ ਕਦੀ ਘੰਟਿਆਂ ਬੱਧੀ ਯਾਦ ਵੀ ਨਹੀਂ ਕੀਤਾ ਉਹਨੇ ਮੈਨੂੰ ਇਸ ਪਰਬਤ ਤੋਂ ਡਿੱਗਦੇ ਨੂੰ ਬਚਾ ਲਿਆ। ਉੱਥੇ ਸ਼ਾਮ ਪੈ ਗਈ, ਸੌਂ ਗਿਆ। ਸੌਣ ਤੋਂ ਪਹਿਲਾਂ ਸੋਚ ਰਿਹਾ ਸੀ ਵੀ ਮੈਂ ਇੱਕ ਗੁਰਦੁਆਰਾ ਬਣਾਵਾਂਗਾ ਇੱਥੇ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ, ਮੈਨੂੰ ਉਹਨਾਂ ਬਚਾਇਆ। ਸੋਚਦਾ ਸੋਚਦਾ ਸੁੱਤਾ ਅਤੇ ਗੁਰੂ ਸਾਹਿਬ ਆ ਗਏ, ਕਹਿੰਦੇ ਵੀ ਸੱਜਣਾ ਤੂੰ ਸੋਚ ਰਿਹਾ ਇੱਥੇ ਗੁਰਦੁਆਰਾ ਬਣਾਉਣਾ? ਕਹਿੰਦੇ ਗੁਰਦੁਆਰੇ ਉੱਥੇ ਥੋੜ੍ਹੇ ਨੇ, ਪੰਜਾਬ ਵਿੱਚ ਉੱਥੇ ਬੜੇ ਨੇ। ਕਹਿੰਦੇ ਉੱਥੇ ਗੁਰਦੁਆਰਿਆਂ ਵਿੱਚ ਕਿਹੜਾ ਉਹ ਕੰਮ ਹੁੰਦਾ ਜਿਹੜਾ ਮੈਂ ਕਰਾਉਣਾ ਚਾਹੁੰਦਾ? ਉਹਨੂੰ ਕਿਹਾ ਕਿਹੜਾ ਕੰਮ ਸੀ? ਉਹ ਕੰਮ ਸੀ ਵੀ ਇਸ ਥਾਂ 'ਤੇ ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਟੇਕ, ਇੱਥੇ ਸਿੱਖਣਾ ਸੀ ਤੁਹਾਡੀ ਰੂਹ ਨੇ ਉਸ ਇੱਕ ਉੱਚੇ ਥਾਂ ਦੇ ਨਾਲ ਸਾਂਝ ਕਿਵੇਂ ਪਾਉਣੀ ਰੱਬ ਨਾਲ। ਉਹ ਕਿੱਥੇ ਸਿਖਾਇਆ ਜਾਂਦਾ? ਹੋਰ ਬੜਾ ਕੁਝ ਸਿਖਾਇਆ ਜਾਂਦਾ, ਕਿੰਨਾ ਕੁਝ ਸਿੱਖਦਾ ਮਨੁੱਖ, ਕਿੰਨੀਆਂ ਗੱਲਾਂ ਸਿਖਾਈਆਂ ਜਾਂਦੀਆਂ ਨੇ, ਆਪੋ ਆਪਣੇ ਧਰਮਾਂ ਦੀਆਂ ਬਹਿਸ਼ਾਂ, ਆਪੋ ਆਪਣੇ ਧਰਮਾਂ ਦੀਆਂ ਝੂਠੀਆਂ ਵਡਿਆਈਆਂ। ਆਦਮੀ ਉਸ ਚੀਜ਼ ਨੂੰ ਭੁੱਲ ਜਾਂਦਾ ਹੈ ਤਕਰੀਬਨ ਜਿਹੜਾ ਪਿੱਛੋਂ ਝਰਨਾ ਚੱਲਦਾ ਹੈ ਸ਼ੁਰੂ ਤੋਂ। ਸਮਾਂ ਪਾ ਕੇ ਲੋਕ ਉਹਨੂੰ ਗੰਦਾ ਕਰ ਦਿੰਦੇ ਨੇ, ਮੈਲਾ ਕਰ ਦਿੰਦੇ ਧਰਮ ਦੇ ਨਾਂ 'ਤੇ, ਫਿਰ ਉਹ ਚੀਜ਼ਾਂ ਕੰਮ ਕਰਦੀਆਂ ਨੇ ਜਿਨ੍ਹਾਂ ਦੇ ਵਿੱਚ ਆਦਮੀ ਭਟਕ ਜਾਂਦਾ ਹੈ ਅਤੇ ਧਰਮ ਕਲੰਕਿਤ ਹੋ ਜਾਂਦਾ ਹੈ। ਸਹਿਜੇ ਸਹਿਜੇ ਲੋਕ ਧਰਮ ਤੋਂ ਨਫ਼ਰਤ ਕਰਨ ਲੱਗ ਪੈਂਦੇ ਨੇ। ਭਾਈ ਗੁਰਦਾਸ ਜੀ ਉਹਨਾਂ ਦਾ ਜ਼ਿਕਰ ਕਰ ਰਹੇ ਨੇ, ਜਤ ਸਤ ਸੰਜਮ ਹੋਮ ਜੱਗ ਜਪ ਤਪ ਦਾਨ ਪੁੰਨ ਬਹੁ ਤੇਰੇ। ਜਤ ਧਾਰਨ ਕੀਤਾ ਕਾਹਦੇ ਵਾਸਤੇ? ਸ਼ਕਤੀ ਇਕੱਠੀ ਕਰਨ ਵਾਸਤੇ। ਵੇਖੋ ਇਹ ਕੰਮ ਸਾਰੇ ਚੰਗੇ ਨੇ, ਜਤ ਸਤ ਸੰਜਮ ਹੋਮ ਜੱਗ ਬੜਾ ਕੁਝ ਕੀਤਾ, ਜਪ ਤਪ ਕੀਤੇ, ਦਾਨ ਕੀਤੇ, ਪੁੰਨ ਕੀਤੇ, ਕਾਹਦੇ ਵਾਸਤੇ ਕੀਤੇ? ਦੇਣ ਵਾਸਤੇ ਨਹੀਂ, ਲੈਣ ਵਾਸਤੇ ਕੀਤੇ। ਫਿਰ ਕਹਿੰਦੇ ਰਿੱਧ ਸਿੱਧ ਨਿੱਧ ਪਖੰਡ ਬਹੁ ਤੰਤਰ ਮੰਤਰ ਨਾਟਕ ਅਗਲੇਰੇ। ਰਿੱਧੀਆਂ ਸਿੱਧੀਆਂ ਚੱਲ ਪਈਆਂ, ਧਰਮ ਭਿਅੰਕਰ ਬਣ ਗਿਆ, ਡਰਾਉਣਾ। ਧਰਮ ਦੇ ਨਾਂ 'ਤੇ ਲੋਕ ਡਰਨ ਲੱਗ ਪਏ। ਮੰਤਰ ਤਾਂ ਬਣੇ ਸਨ ਮਨ ਨੂੰ ਵਸ ਕਰਨ ਵਾਸਤੇ, ਮੰਤਰਾਂ ਦੀ ਵਰਤੋਂ ਲੋਕਾਂ ਨੇ ਗਲਤ ਸ਼ੁਰੂ ਕਰ ਦਿੱਤੀ। ਤੰਤਰ ਮੰਤਰ, ਤੰਤਰ ਇੱਕ ਬਹੁਤ ਵੱਡਾ ਗ੍ਰੰਥ ਹੈ। ਇਹ ਜਿਹੜਾ ਮੰਤਰ ਤੰਤਰ ਸੀ, ਇਹ ਗ੍ਰੰਥ ਸਨ ਬੜੇ ਵੱਡੇ। ਇਹਨਾਂ ਦੇ ਨਾਲ ਮਾਨਸਿਕ ਸ਼ਕਤੀਆਂ ਜਿਹੜੀਆਂ ਮਨੁੱਖ ਦੀਆਂ ਕੰਟਰੋਲ ਵਿੱਚ ਨਹੀਂ ਆਉਂਦੀਆਂ, ਕੁਝ ਵਿਗਿਆਨ ਕੱਢੇ ਗਏ ਸਨ ਕਿ ਇਹਨਾਂ ਨੂੰ ਕੰਟਰੋਲ ਵਿੱਚ ਕੀਤਾ ਜਾਏ। ਗੁਰਬਾਣੀ ਵੀ ਤਾਂ ਇੱਕ ਮੰਤਰ ਹੈ ਨਾ, ਬਾਣੀ ਮੰਤਰ ਮਹਾਂਪੁਰਖਣ ਕੀ, ਕਾਹਦੇ ਵਾਸਤੇ ਸੀ ਬਾਣੀ? ਕਾਹਦੇ ਵਾਸਤੇ? ਬਾਣੀ ਮੰਤਰ ਮਹਾਂਪੁਰਖਣ ਕੀ ਮਨੈ ਉਤਾਰਨ ਮਾਨਕੋ, ਇਹਦੇ ਵਾਸਤੇ ਸੀ ਬਾਣੀ ਵੀ। ਇਸ ਮੰਤਰ ਨੂੰ ਜਪਿਆ, ਇਸ ਬਾਣੀ ਨੂੰ ਜਪਿਆ ਮਨ ਦਾ ਮਾਣ ਲੈ ਜਾਏ, ਮਨ ਦਾ ਹੰਕਾਰ ਉਤਰੇ। ਪਰ ਹੁਣ ਇਸ ਮੰਤਰ ਦੀ ਵਰਤੋਂ ਜਿੱਦਣ ਮਰਜ਼ੀ, ਉਹਨਾਂ ਦੇ ਕਈ ਮੰਤਰ ਨੇ ਰਿੱਧ ਸਿੱਧ, ਰਿੱਧੀਆਂ ਸਿੱਧੀਆਂ ਇਕੱਠੀਆਂ ਕਰ ਲਈਆਂ।
ਪਖੰਡ ਬਹੁ, ਬੜੇ ਪਖੰਡ ਕੀਤੇ ਧਰਮ ਦੇ ਨਾਂ 'ਤੇ, ਅਸਲੀ ਚੀਜ਼ ਭੁੱਲੀ ਗਈ। ਤੰਤਰ ਮੰਤਰ ਕਰਨੇ ਦੇਣੇ ਇੱਕ ਦੂਜੇ ਨੂੰ, ਪਖੰਡ ਕਰਨਾ, ਨਾਟਕ ਖੇਡਣੇ, ਅਗਲੇਰੇ ਬਹੁਤ ਸਾਰੇ। ਤੁਸੀਂ ਹੈਰਾਨ ਹੋਵੋਗੇ, ਕਰੋੜਾਂ ਰੁਪਈਆ ਬਾਹਰਲੇ ਦੇਸ਼ਾਂ ਤੋਂ ਇਹਨਾਂ ਜੰਤਰਾਂ ਮੰਤਰਾਂ ਵਾਲਿਆਂ ਦੇ ਕੋਲ ਸਿੱਧਾ ਅਕਾਊਂਟ ਵਿੱਚ ਆਉਂਦਾ ਵਿਦੇਸ਼ ਤੋਂ, ਉਹ ਮਿਲਦੇ ਵੀ ਕੋਈ ਨਹੀਂ। ਜੇ ਮੈਂ ਵਿਦੇਸ਼ ਵਿੱਚ ਸੀ, ਉੱਥੇ ਬੜੇ ਸੱਜਣ ਮਿਲੇ, ਕਿਉਂਕਿ ਉੱਥੇ ਗਿਆਨਵਾਨ ਬਹੁਤ ਜ਼ਿਆਦਾ ਮਿਲਦੇ। ਕਹਿੰਦੇ ਕੋਈ ਨਵੀਨ ਗੱਲ ਕਰੋ, ਕੋਈ ਗਿਆਨ ਦੀ ਗੱਲ ਕਰੋ, ਕੋਈ ਇਹ ਵਹਿਮ ਕਰਾਮਾਤ ਦਾ ਖੰਡਨ ਕਰੋ। ਮੈਂ ਉਹਨਾਂ ਨੂੰ ਕਿਹਾ ਵੀ ਜਿੰਨਾ ਵਹਿਮ ਪਖੰਡ ਤੁਸੀਂ ਚਲਾ ਰਹੇ ਹੋ ਇਸ ਦੇਸ਼ ਦੇ ਵਿੱਚੋਂ, ਉਹਨਾਂ ਉੱਧਰ ਇੰਡੀਆ ਵਿੱਚ ਨਹੀਂ ਹੈ। ਫਿਰ ਉਹ ਅਖਬਾਰਾਂ ਵਾਲੇ ਲੋਕ ਨੇ, ਮੈਂ ਕਿਹਾ ਵੀ ਤੁਹਾਡੀਆਂ ਅਖਬਾਰਾਂ ਪੜ੍ਹ ਕੇ ਵੇਖੋ, ਅੱਧੇ ਸਫ਼ੇ ਭਰੇ ਹੋਏ ਨੇ, ਫਲਾਣਾ ਜੀ ਇਹ ਸਿੱਧ ਜੋਤਸ਼ੀ, ਇਹਦੇ ਕੋਲ ਆਓ ਇੰਨੇ ਮਿੰਟ ਵਿੱਚ, ਆਹ ਫੋਨ ਨੰਬਰ ਹੈ, ਇੰਡੀਆ ਵਿੱਚ ਫੋਨ ਕਰੋ, ਫੋਨ ਕਰਕੇ ਆਹ ਅਕਾਊਂਟ ਨੰਬਰ ਹੈ, ਇਹਦੇ ਵਿੱਚ $100 ਪਾਓ ਅਤੇ 24 ਘੰਟਿਆਂ ਵਿੱਚ ਤੁਹਾਡੀ ਸਮੱਸਿਆ ਹੱਲ ਹੱਦ ਹੋ ਗਈ, ਸੰਕਟ ਹੱਲ ਹੋ ਗਿਆ। ਕਦੀ ਇਹ ਵੀ ਨਹੀਂ ਖਿਆਲ ਕੀਤਾ ਵੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਕਿਤੇ ਪੜ੍ਹ ਲਈਏ ਵੀ ਕਿਤੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਵੀ 24 ਘੰਟਿਆਂ ਵਿੱਚ ਬੰਦੇ ਦੀ ਸਮੱਸਿਆ ਹੱਲ ਹੁੰਦੀ ਹੈ ਕਿਤੇ? ਪਰ ਬੰਦੇ ਦੀ ਬੁੱਧੀ ਦਾ ਕੀ ਕਰੇ, ਬੜੇ ਫਸੇ ਨੇ। ਉੱਥੋਂ ਲੋਕ ਫੋਨ ਕਰਦੇ ਨੇ, ਜੀ ਆਹ ਸਮੱਸਿਆ, ਉਹ ਕਹਿੰਦੇ ਜੀ ਪਾ ਦਿਓ $200, ਇੱਥੋਂ ਕਰ ਦਿਓ ਹੱਲ। ਅਤੇ ਮੈਂ ਇਹ ਵੀ ਬੇਨਤੀ ਕਰਾਂ, ਬਹੁਤੇ ਇਹ ਲੋਕ, ਇਹ ਪੁੱਛਣ ਵਾਲੇ 60-70% ਸਿੱਖ ਪਰਿਵਾਰਾਂ ਵਿੱਚੋਂ ਉਹ ਚਲਾ ਰਹੇ ਨੇ ਇਸ ਧੰਦੇ ਨੂੰ ਫੋਨਾਂ 'ਤੇ। ਇੱਕ ਪਾਸੇ ਅਸੀਂ ਸਿੱਖੀ ਦਾ ਰੌਲਾ ਪਾ ਰਹੇ ਹਾਂ, ਇੱਕ ਪਾਸੇ ਸਿੱਖੀ ਦੀ ਗੱਲ ਕਰਨ ਵਾਲੇ, ਹੱਥ ਦੀ ਕੋਈ ਅੰਗੂਠੀ ਉਂਗਲ ਖਾਲੀ ਨਹੀਂ ਜਿਹਦੇ ਉੱਤੇ ਨਗ ਨਹੀਂ ਪਾਇਆ ਹੋਇਆ। ਆਹ ਫਲਾਣੇ ਗ੍ਰਹਿ ਦਾ ਨਗ ਹੈ, ਆਹ ਫਲਾਣੇ ਗ੍ਰਹਿ ਵਾਲਾ ਨਗ ਹੈ, ਇਹਦੇ ਨਾਲ ਫਲਾਣਾ ਗ੍ਰਹਿ ਠੀਕ ਰਹਿੰਦਾ, ਪਖੰਡ ਠੀਕ ਰਹਿੰਦਾ। ਇਹ ਸਾਰਾ ਧੰਦਾ, ਕੱਲ੍ਹ ਜਿਹੜੀ ਆਪਾਂ ਗੱਲ ਕੀਤੀ ਸੀ, ਭਾਈ ਗੁਰਦਾਸ ਕਹਿੰਦੇ ਦੁਚਿੱਤਾਪਣ ਆਇਆ ਨਹੀਂ ਤਾਂ ਗੁਰੂ ਨੇ ਮਦਦ ਕਰਨੀ ਛੱਡੀ ਨਹੀਂ। ਬਸ ਗੱਲ ਇੱਕੋ ਹੀ ਖੜੀ ਹੈ, ਜਿੰਨਾ ਚਿਰ ਤੂੰ ਮਰ ਮਿਟ ਨਹੀਂ ਜਾਂਦਾ ਗੁਰੂ ਦੇ ਚਰਨਾਂ 'ਤੇ, ਇਮਦਾਦ ਦੀ ਕਦੀ ਉਮੀਦ ਨਾ ਕਰੀਂ। ਪਰ ਕਹਿੰਦੇ ਜਗਤ ਇਹਨਾਂ ਗੱਲਾਂ 'ਤੇ ਭਰੋਸਾ ਜ਼ਿਆਦਾ ਕਰਦਾ। ਬਹੁਤ ਸਾਰੇ ਵਾਰ ਮੈਂ ਆਸਟ੍ਰੇਲੀਆ ਵਿੱਚ ਸੀ ਇੱਕ ਗੁਰਦੁਆਰੇ ਵਿੱਚ, ਉੱਥੇ ਪ੍ਰਬੰਧਕ ਬੜੇ ਹੀ ਸੰਕਟ ਵਿੱਚ ਫਸੇ ਦਿਸੇ, ਮੈਂ ਵੀ ਬੈਠ ਗਿਆ, ਮੈਂ ਕਿਹਾ ਗੱਲ ਕੀ ਹੈ? ਕਹਿੰਦੇ ਮੰਦਰ ਵਾਲਿਆਂ ਨੂੰ ਫੋਨ ਕੀਤਾ, ਕਾਹਦੇ ਵਾਸਤੇ? ਅੱਗੇ ਲਿਖ ਕੇ ਲਾਇਆ ਹੋਇਆ ਗੁਰਦੁਆਰੇ, ਜੀ ਇੱਥੇ ਕਾਲੀ ਦਾਲ ਚੜ੍ਹਾਉਣੀ ਮਨਾ ਹੈ। ਮੈਂ ਕਿਹਾ ਇਹ ਕੀ ਗੱਲ ਹੋ ਗਈ? ਕਹਿੰਦੇ ਜੀ ਕੀ ਕਰੀਏ, ਗੁਰਦੁਆਰੇ ਵਿੱਚ ਹੋਰ ਕੁਝ ਕੋਈ ਚੜ੍ਹਾਉਂਦਾ ਹੀ ਨਹੀਂ, ਨਾ ਆਟਾ ਨਾ ਘਿਓ, ਹੁਣ ਚੀਜ਼ਾਂ ਸਾਰੀਆਂ ਦੀ ਲੋੜ ਹੈ। ਕਹਿੰਦੇ ਕਾਲੀ ਦਾਲ ਚੜ੍ਹਾਉਂਦੇ ਸਾਰੇ। ਮੈਂ ਕਿਹਾ ਕੀ ਗੱਲ? ਕਹਿੰਦੇ ਕੋਈ ਬ੍ਰਾਹਮਣ ਇੱਥੇ, ਉਹ ਕਹਿੰਦਾ ਕਾਲੀ ਦਾਲ ਗੁਰਦੁਆਰੇ ਚੜ੍ਹਾਓ, ਕੰਮ ਤੁਹਾਡਾ ਹੋ ਜਾਏਗਾ। ਹੱਦ ਹੋ ਗਈ। ਮੈਂ ਕਿਹਾ ਫਿਰ ਹੋਇਆ? ਕਹਿੰਦੇ ਹੋਰ ਤਾਂ ਪਤਾ ਨਹੀਂ ਕਿਸੇ ਦਾ ਹੋਇਆ ਕਿ ਨਹੀਂ, ਉਹ ਸਟੋਰ ਵਾਲਾ ਬਣ ਗਿਆ ਜਿਹਦੇ ਜਿਹੜਾ ਕਾਲੀ ਦਾਲ ਲਿਆਉਂਦਾ, ਉਹਦੇ ਨਾਲ ਉਹਦੀ ਗੱਲਬਾਤ ਉਸ ਜੋਤਸ਼ੀ ਦੀ। ਉਹਨੇ ਕਿਹਾ ਵੀ ਅੱਧੇ ਤੇਰੇ ਅਤੇ ਅੱਧੇ ਮੇਰੇ, ਬਸ ਗੱਲ ਫਿੱਟ ਹੋ ਗਈ, ਕਾਲੇ ਰੰਗ ਦੀ ਦਾਲ ਚੜ੍ਹਾਓ, ਗੱਲ ਨਿਬੜ ਜਾਏਗੀ। ਮੈਂ ਕਿਹਾ ਹੁਣ ਇਹਦਾ ਢੇਰ ਲੱਗਾ ਹੋਇਆ, ਕਹਿੰਦੇ ਤਾਂ ਕਰੀਏ ਕੀ? ਕਹਿੰਦੇ ਪਰਤ ਕੇ ਮੰਦਰ ਵਾਲਿਆਂ ਨੂੰ ਸੱਦਿਆ ਵੀ ਤੁਸੀਂ ਲੈ ਜਾਓ। ਮੈਂ ਕਿਹਾ ਤੁਹਾਨੂੰ ਪਤਾ ਉੱਥੋਂ ਕਿੱਥੇ ਜਾਏਗੀ? ਕਹਿੰਦੇ ਕਿੱਥੇ? ਮੈਂ ਕਿਹਾ ਉਸ ਸਟੋਰ ਵਾਲੇ ਕੋਲ ਜਿੱਥੋਂ ਖਰੀਦ ਕੇ ਆਈ ਹੈ, ਉੱਥੋਂ ਉਹਨੇ ਚੁੱਕ ਲੈਣੀ ਅੱਧੇ ਮੁੱਲ। ਇਹਨੂੰ ਹੀ ਸਤਿਗੁਰੂ ਨੇ ਕਿਹਾ ਸੀ, ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਯਾਦ ਰੱਖੋ, ਇਸ ਦੇਸ਼ ਨੂੰ 17 ਵਾਰੀ ਲੁੱਟਿਆ ਨਾਦਰ ਸ਼ਾਹ ਨੇ। ਅਹਿਮਦ ਸ਼ਾਹ ਨੇ ਜਗਨਨਾਥ ਦੀਆਂ ਮੂਰਤੀਆਂ ਤੱਕ ਸੋਨੇ ਦੀਆਂ ਤੋੜ ਕੇ ਲਿਆਂਦੀਆਂ, ਕੁਝ ਨਹੀਂ ਛੱਡਿਆ ਹਿੰਦੁਸਤਾਨ ਵਿੱਚ। ਉੱਧਰੋਂ ਤੁਰਿਆ ਲੁੱਟ ਕੇ ਭੰਨ ਕੇ ਸਾਰਾ ਕੁਝ ਇਕੱਠਾ ਕਰਕੇ, ਕਿਸੇ ਮੰਤਰ ਵਾਲੇ ਨੇ ਉਹਨੂੰ ਰੋਕਿਆ, ਕਿਸੇ ਜੰਤਰ ਵਾਲੇ ਨੇ ਰੋਕਿਆ, ਕੋਈ ਨਹੀਂ ਰੋਕ ਸਕਿਆ। ਥੋੜ੍ਹੇ ਜਿਹੇ ਆਦਮੀ ਗਏ, ਮੰਦਰ ਤੋੜ ਕੇ ਲੈ ਆਉਂਦੇ, ਮੂਰਤੀਆਂ ਤੋੜ ਲਿਆਂਦੀਆਂ, ਇਸਤਰੀਆਂ ਬੰਨ ਕੇ ਲਿਆਂਦੀਆਂ, ਸਾਰਾ ਦੇਸ਼ ਲੰਘ ਕੇ ਆ ਗਿਆ ਅਤੇ ਕਿਸੇ ਮੰਤਰੀ ਨੇ ਰਾਹ ਵਿੱਚ ਉਹਨਾਂ ਨੂੰ ਰੋਕਿਆ ਨਹੀਂ। ਕਿੰਨੇ ਰੋਕਿਆ? ਜਦੋਂ ਵੜੇ ਨਾ ਪੰਜਾਬ ਵਿੱਚ,
ਅਤੇ ਗੁਰੂ ਕੇ ਸਿੰਘਾਂ ਨੇ ਜਿਹਨੂੰ ਕਲਗੀਧਰ ਪਾਤਸ਼ਾਹ ਨੇ ਕਿਹਾ ਸੀ ਨਾ ਆ ਹੀ ਜੇ ਭਗਉਤੀ ਤਾਂ ਭਗਉਤੀ ਨਾਮ ਟਿਕਿਆ ਸੀ ਕਿਰਪਾਨ ਦਾ। ਅੱਜ ਸਾਡੇ ਪ੍ਰਚਾਰਕਾਂ ਨੂੰ ਭੁਲੇਖਾ ਲੱਗ ਗਿਆ ਵੀ ਵਾਰ ਸ੍ਰੀ ਭਗਉਤੀ ਜੀ ਦੇ ਅਰਥ ਦੇਵੀ ਕਹਿੰਦੇ, ਦੇਵੀ ਨਹੀਂ ਸੀ ਇਹ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਦੋਂ 9 ਮਹੀਨੇ ਤੱਕ ਪੰਡਤਾਂ ਨੇ ਕਿਹਾ ਸੀ ਵੀ ਦੇਵੀ ਇਮਦਾਦ ਕਰੇਗੀ, ਤੁਸੀਂ ਯੱਗ ਕਰੋ, ਅਤੇ ਸਤਿਗੁਰੂ ਨੇ ਕੀਤਾ ਕਿਉਂ ਸੀ? ਕਹਿੰਦੇ ਦੱਸੋ ਕੀ ਚਾਹੀਦਾ, ਇੰਨੇ ਮਣ ਘਿਓ, ਇੰਨੇ ਮਣ ਸਮੱਗਰੀ ਦੇ ਦਿੱਤੀ ਪੰਡਤਾਂ ਨੂੰ, ਕਹਿੰਦੇ ਕਰੀ ਜਾਓ। ਕਿਉਂ ਇਜਾਜ਼ਤ ਦਿੱਤੀ? ਇਹ ਸਾਨੂੰ ਭੁਲੇਖਾ ਪੈ ਜਾਂਦਾ ਵੀ ਗੁਰੂ ਗੋਬਿੰਦ ਸਿੰਘ ਨੇ ਯੱਗ ਕਿਉਂ ਕਰਾਇਆ। ਯੱਗ ਇਸ ਲਈ ਸੀ ਨਹੀਂ ਕਰਾਇਆ ਵੀ ਉਹ ਯੱਗ ਨੂੰ ਮੰਨਦੇ ਸਨ, ਉਹਦਾ ਕਾਰਨ ਇਹ ਸੀ ਵੀ ਜਿਹੜੀ ਸਿੱਖ ਆਵਾਮ ਉਹਨਾਂ ਕੋਲ ਆ ਰਿਹਾ ਸੀ ਉਹ ਜ਼ਿਆਦਾਤਰ ਹਿੰਦੂ ਪਰਿਵਾਰਾਂ ਵਿੱਚੋਂ ਸਨ, ਅਤੇ ਉਹਨਾਂ ਦੀ ਆਸਥਾ ਬਣੀ ਹੋਈ ਸੀ ਯੱਗਾਂ ਦੇ ਉੱਤੇ। ਅਤੇ ਗੁਰੂ ਸਾਹਿਬ ਨੇ ਕਿਹਾ ਵੀ ਸਿੱਧਾ ਮੈਂ ਜੇ ਇਹਨਾਂ ਨੂੰ ਕਹਾਂਗਾ ਨਾ ਵੀ ਇਹਦੇ ਵਿੱਚ ਕੁਝ ਨਹੀਂ ਹੁੰਦਾ, ਇਹਨਾਂ ਦੇ ਮਨ ਵਿੱਚ ਇੱਕ ਸ਼ੱਕ ਦੱਬਿਆ ਰਹਿ ਜਾਣਾ ਵੀ ਗੁਰੂ ਸਾਹਿਬ ਨੇ ਧੱਕੇ ਨਾਲ ਸਾਡੇ ਤੋਂ ਮਨਵਾ ਲਿਆ ਵੀ ਯੱਗ ਵਿੱਚ ਕੁਝ ਨਹੀਂ ਹੁੰਦਾ, ਇਹਨਾਂ ਨੂੰ ਕਰਕੇ ਵੇਖ ਲੈਂਦੇ ਆ। 9 ਮਹੀਨੇ ਨੈਣਾ ਦੇਵੀ ਅਤੇ ਪੰਡਿਤ ਜੀ ਯੱਗ ਕਰਦੇ ਰਹੇ, ਘਿਓ ਵਿੱਚ ਪਾਉਂਦੇ ਰਹੇ, ਅੱਗ ਬਲਦੀ ਰਹੀ, ਅਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਇੱਕ ਸਾਈਡ 'ਤੇ ਸਿੰਘਾਂ ਸਮੇਤ ਤੰਬੂ ਲਾ ਕੇ ਚੌਂਕੜਾ ਲਾ ਕੇ ਭਗਤੀ ਕਰਦੇ ਰਹੇ। ਪੰਡਿਤ ਜੀ ਯੱਗ ਕਰੀ ਗਏ ਅਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤਿਆਰੀ ਕਰੀ ਗਏ ਵੀ ਖਾਲਸਾ ਕਿਵੇਂ ਸਾਜਣਾ ਅਗਲੇ ਸਾਲ। ਇਹ ਉਸ ਸਾਲ ਦੀ ਗੱਲ ਹੈ, ਸੰਨ 1698 ਦੀ। ਉਹਨਾਂ ਕਿਹਾ ਵੀ ਇੱਧਰੋਂ ਇਹ ਸ਼ੱਕ ਨਿਕਲ ਜਾਏਗਾ ਅਤੇ ਉੱਧਰੋਂ ਸਾਨੂੰ ਸਾਲ ਕੁ ਵਿਹਲੇ ਮਿਲ ਜਾਏਗਾ ਵੀ ਆਪਾਂ ਖਾਲਸਾ ਸਾਜਣਾ ਅਤੇ ਉਹਦੇ ਵਾਸਤੇ ਤਿਆਰੀ ਕਰ ਲਈ। ਜਦੋਂ 8-9 ਮਹੀਨੇ ਬੀਤੇ ਨਾ ਅਤੇ ਇੰਨਾ ਘਿਓ ਵੀ ਬਾਲ ਦਿੱਤਾ ਪੰਡਿਤ ਨੇ, ਗੁਰੂ ਸਾਹਿਬ ਨੇ ਇੱਕ ਦਿਨ ਮਿਸਰ ਜੀ ਨੂੰ ਬੁਲਾਇਆ, ਕਹਿੰਦੇ ਪੰਡਿਤ ਜੀ ਤੁਹਾਡੀ ਦੇਵੀ ਕਿਤੇ ਵਿਆਹ ਸ਼ਾਦੀ 'ਤੇ ਗਈ, ਕੀ ਗੱਲ 9 ਮਹੀਨੇ ਹੋ ਗਏ ਪ੍ਰਗਟ ਨਹੀਂ ਹੋਈ, ਜਿਹਨੇ ਸਾਡੀ ਇਮਦਾਦ ਕਰਨੀ ਹੈ, ਜਿਹਨੇ ਸਾਡੇ ਦੇਸ਼ ਨੂੰ ਆਜ਼ਾਦ ਕਰਨਾ, ਕਰੋ ਕੋਈ ਉਪਰਾਲਾ, ਹੋਰ ਕੋਈ ਘਿਓ ਪਾਣੀ ਮੰਗਾਉਣਾ ਅਤੇ ਦੱਸੋ ਕਿਤੇ ਘਿਓ ਵਿੱਚ ਲੱਸੀ ਤਾਂ ਨਹੀਂ ਰਹਿ ਗਈ, ਸ਼ੁੱਧ ਮੰਗਾ ਦਈਏ, ਕੋਈ ਫਰਕ ਤਾਂ ਨਹੀਂ, ਹੋਰ ਮੰਗਾਈਏ ਕੋਈ ਚੰਦਨ ਵਗੈਰਾ। ਪੰਡਿਤ ਨੇ ਸੋਚਿਆ ਵੀ ਇਹ ਗੁਰੂ ਆਮ ਗੁਰੂਆਂ ਵਰਗਾ ਹੈ ਕੋਈ ਨਹੀਂ, ਕਿਉਂਕਿ ਤਲਵਾਰ ਬੜੀ ਤਿੱਖੀ ਰੱਖਦਾ, ਇਹਦਾ ਪਤਾ ਕੋਈ ਨਹੀਂ, ਹੁਣ ਪਹਾੜ 'ਤੇ ਛਡਾਉਣ ਵਾਲਾ ਵੀ ਕੋਈ ਨਹੀਂ। ਪੰਡਿਤ ਨੇ ਸਕੀਮ ਸੋਚੀ, ਕਹਿਣ ਲੱਗਾ ਮਹਾਰਾਜ ਦੇਵੀ ਥੋੜ੍ਹੀ ਜਿਹੀ ਨਾਰਾਜ਼ ਹੈ। ਕਾਹਦੇ ਤੋਂ? ਕਹਿਣ ਲੱਗੇ ਜੀ ਉਹ ਬਲੀ ਮੰਗਦੀ ਹੈ। ਕਹਿੰਦੇ ਜੀ ਬਲੀ ਕਿਹਦੀ ਮੰਗਦੀ ਹੈ? ਉਹਦਾ ਮਤਲਬ ਸੀ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਐਸੀ ਚੀਜ਼ ਦੀ ਮੰਗ ਕਰਦੇ ਹਾਂ ਜਿਹੜੀ ਇਹ ਦੇ ਨਾ ਸਕਣ, ਫਿਰ ਕਹਿ ਦਿਆਂਗੇ ਵੀ ਇਹ ਪੂਰਾ ਨਹੀਂ ਹੋਇਆ, ਸ਼ਰਤ ਪੂਰੀ ਨਹੀਂ ਹੋਈ ਤਾਂ ਕਿੱਥੋਂ ਪ੍ਰਗਟ ਹੋਇਆ। ਪੰਡਿਤ ਬੜਾ ਚਲਾਕ ਸੀ, ਕਹਿਣ ਲੱਗਾ ਮਹਾਰਾਜ ਦੇਵੀ ਮੰਗਦੀ ਹੈ ਕਿਸੇ ਜਤੀ ਸਤੀ ਸਰੀਰ ਦੀ ਬਲੀ ਮੰਗਦੀ, ਜਤੀ ਸਤੀ ਜਿਹੜਾ ਅਜੇ ਵਿਆਹਿਆ ਨਾ ਹੋਵੇ। ਹੁਣ ਉਹਨੂੰ ਇਹ ਭੁੱਲ ਗਿਆ ਵੀ ਵਿਆਹਿਆ ਪੰਡਿਤ ਵੀ ਕੋਈ ਨਹੀਂ ਸੀ, ਉਹਦਾ ਇਸ਼ਾਰਾ ਸੀ। ਮਹਾਰਾਜ ਕਹਿੰਦੇ ਵੀ ਹੋਰ ਕਿਹੜਾ ਬੰਦਾ ਹੋਵੇ ਜਿਹਦੀ ਬਲੀ ਦੀ ਦੱਸ? ਕਹਿੰਦੇ ਮਹਾਰਾਜ ਬਾਬਾ ਅਜੀਤ ਸਿੰਘ, ਬਾਬਾ ਅਜੀਤ ਸਿੰਘ ਵੱਡੇ ਸਾਹਿਬਜ਼ਾਦੇ, ਪਤਾ ਸੀ ਵੀ ਹੁਣ ਪੁੱਤਰ ਦੀ ਬਲੀ ਥੋੜ੍ਹੀ ਦੇਣ ਲੱਗੇ। ਬਾਬਾ ਅਜੀਤ ਸਿੰਘ ਸਤਿਗੁਰੂ ਹੱਸ ਪਏ, ਕਹਿਣ ਲੱਗੇ ਪੰਡਿਤ ਜੀ ਬਲੀ ਤਾਂ ਦੇਣੀ ਅਜੀਤ ਸਿੰਘ ਦੀ, ਇੱਥੋਂ ਵਾਸਤੇ ਨਹੀਂ ਜਨਮ ਦਿੱਤਾ ਇਹਨੂੰ, ਦਿਆਂਗੇ ਹੋਰ ਕਿਤੇ ਦਿਆਂਗੇ ਥਾਂ 'ਤੇ, ਇਹ ਜਨਮ ਹੀ ਇਸੇ ਵਾਸਤੇ ਹੈ। ਪਰ ਤੁਸੀਂ ਕਹਿੰਦੇ ਹੋ ਵੀ ਜਤੀ ਸਤੀ ਸਰੀਰ ਦੀ, ਕਹਿੰਦੇ ਤੁਸੀਂ ਵੀ ਨਹੀਂ ਵਿਆਹ, ਕਹਿੰਦੇ ਮੈਂ ਤਾਂ ਵਿਆਹਿਆ, ਕਹਿੰਦੇ ਪਹਿਲਾਂ ਕਹਿੰਦੇ ਸੀ ਨਹੀਂ ਵਿਆਹ, ਇਸ ਤਰ੍ਹਾਂ ਚੱਲਦਾ, ਬਾਅਦ ਵਿੱਚ ਪਤਾ ਲੱਗਦਾ ਵੀ ਇਹਦੇ 'ਤੇ ਦੋ ਹੋਏ ਸੀ, ਪਹਿਲਾਂ ਜਤੀ ਸਤੀ ਹੁੰਦਾ। ਆਹ ਨੂਰਮੁਲੀ ਨੂੰ ਕਹਿੰਦੇ ਸੀ ਨਾ ਵੀ ਇਹ ਵੀ ਸਾਧ ਇਸ ਤਰ੍ਹਾਂ ਦਾ, ਬਾਅਦ ਵਿੱਚ ਪਤਾ ਲੱਗਾ ਕਿੰਨੇ ਲੋਕ ਸਨ। ਸਤਿਗੁਰੂ ਨੇ ਕਿਹਾ ਵੀ ਕੋਈ ਗੱਲ ਨਹੀਂ, ਬ੍ਰਹਮਚਾਰਜ ਦੇ ਸੰਬੰਧ ਵਿੱਚ ਮੰਨਿਆ ਜਾਂਦਾ ਹੈ, ਜਤੀ ਸਤੀ ਦੇ ਸੰਬੰਧ ਵਿੱਚ ਮੰਨਿਆ ਜਾਂਦਾ ਵੀ ਜੇ ਕੋਈ ਆਦਮੀ 9 ਮਹੀਨੇ ਤੋਂ ਬ੍ਰਹਮਚਾਰੀ ਹੈ ਤਾਂ ਉਹਨੂੰ ਬ੍ਰਹਮਚਾਰੀ ਵੀ ਮੰਨਦੇ ਨੇ ਇੱਕ ਤਰੀਕੇ ਅਨੁਸਾਰ। ਕਹਿੰਦੇ ਹਾਂ, ਕਹਿੰਦੇ 9 ਮਹੀਨੇ ਤੂੰ ਇੱਥੇ ਬੈਠਾ, ਤੂੰ ਕਿਹੜਾ ਕਰ ਗਿਆ, ਆਪਾਂ ਇੱਥੇ ਹੀ ਹਾਂ ਸਾਰੇ, ਇਸ ਲਈ ਤੂੰ ਵੀ ਬ੍ਰਹਮਚਾਰੀ ਹੈ, ਆਪਾਂ ਬਲੀ ਤੁਹਾਡੀ ਦੇ ਲਈਏ, ਨਾਲੇ ਤੁਸੀਂ ਜਪੀ ਤਪੀ ਬੜਿਓ, ਤੁਹਾਡਾ ਅਸਰ ਵੀ ਬੜਾ ਪੈਣਾ, ਮੰਤਰ ਬੜੇ ਪੜ੍ਹੇ ਤੁਸੀਂ 9 ਮਹੀਨਿਆਂ, ਤੁਹਾਡੀ ਦਿੰਦੇ ਹਾਂ ਬਲੀ। ਅਤੇ ਸਤਿਗੁਰੂ ਨੇ ਥੋੜ੍ਹੀ ਜਿਹੀ ਤਲਵਾਰ ਨਾਲ ਅੱਧੀ ਕੁ ਬਾਹਰ ਕੱਢ ਲਈ ਮਣਿਆਣ ਵਿੱਚੋਂ,
ਜਦੋਂ ਵਿੱਚੋਂ ਧਾਰ ਦਿਸੀ ਨਾ, ਪੰਡਿਤ ਜੀ ਕਹਿੰਦੇ ਮਹਾਰਾਜ ਸਿਆਣਾ ਬੜਾ ਹੁੰਦਾ। ਕਹਿਣ ਲੱਗੇ ਮਹਾਰਾਜ ਬਲੀ ਤਾਂ ਮੈਂ ਦੇ ਦਿਆਂਗਾ ਪਰ ਇਸ ਤਰ੍ਹਾਂ ਫਾਇਦਾ ਨਹੀਂ, ਮੈਂ ਅਜੇ ਇਸ਼ਨਾਨ ਪਾਣੀ ਕਰਕੇ ਸ਼ੁੱਧ ਹੋ ਕੇ ਆਵਾਂ, ਇਸ ਤਰ੍ਹਾਂ ਉਹਨੇ ਪ੍ਰਵਾਨ ਹੀ ਨਹੀਂ ਕਰਨਾ, ਨਹਾ ਧੋ ਕੇ ਆਉਣਾ। ਕਹਿੰਦੇ ਜਾਓ ਨਹਾ ਧੋ ਕੇ ਆਓ। ਪੰਡਿਤ ਉਸ ਦਿਨ ਦਾ ਨਹਾਉਣ ਗਿਆ, ਅਜੇ ਤੱਕ ਨਹੀਂ ਮੁੜਿਆ, ਸਾਫ ਲਾ ਲਓ ਕਿੰਨੇ ਕੁ ਸਾਲ ਹੋ ਗਏ, ਵਾਪਸ ਨਹੀਂ ਆਇਆ, ਪਤਾ ਨਹੀਂ ਕਿੱਧਰ ਨਿਕਲ ਗਿਆ। ਅਜੇ ਤੱਕ ਉਹਨੂੰ ਪਾਣੀ ਨਹੀਂ ਲੱਭਾ ਇਸ਼ਨਾਨ ਵਾਸਤੇ। ਸਿੰਘ ਉਡੀਕਦੇ ਰਹੇ ਅਤੇ ਕਹਿੰਦੇ ਮਹਾਰਾਜ ਪੰਡਿਤ ਜੀ ਆਏ ਨੇ ਇਸ਼ਨਾਨ ਕਰਕੇ। ਹਜ਼ੂਰ ਕਹਿੰਦੇ ਉਹਨੇ ਇਸ਼ਨਾਨ ਕਰਨਾ ਹੀ ਕੋਈ ਨਹੀਂ। ਉੱਥੇ ਜਿੰਨਾ ਸਮਾਨ ਪਿਆ ਸੀ ਨਾ ਘਿਓ, ਗੁਰੂ ਸਾਹਿਬ ਨੇ ਉਸ ਬਲਦੀ ਹੋਈ ਅੱਗ ਦੇ ਵਿੱਚ ਇੱਕੋ ਦਮ ਵਗਾਇਆ ਅਤੇ ਜਦੋਂ 1700 ਬੰਦਾ ਸਨ, 1700 ਇਸਤਰੀਆਂ ਬੰਨੀਆਂ ਹੋਈਆਂ ਸਨ, ਅਹਿਮਦ ਸ਼ਾਹ ਅਬਦਾਲੀ ਨੇ ਤਲਵਾਰਾਂ ਦੇ ਨਾਲ ਰੱਸੇ ਵੱਢ ਵੱਢ ਕੇ ਛੁਡਾਈਆਂ ਅਤੇ ਜਿੰਨਾ ਸੋਨਾ ਲੁੱਟ ਕੇ ਲਿਆਇਆ ਸੀ ਉਹ ਵੀ ਲੁੱਟ ਲਿਆ, ਉਹਦੇ ਕੋਲੋਂ ਮਾਰ ਕੇ ਭਜਾਇਆ ਉਹਨੂੰ ਪੰਜਾਬ ਦੇ ਵਿੱਚੋਂ। ਇਸੇ ਵੈਰ ਦੇ ਕਾਰਨ ਉਹਨੇ ਹਰਿਮੰਦਰ ਸਾਹਿਬ ਟਾਇਆ ਸੀ ਅਹਿਮਦ ਸ਼ਾਹ ਅਬਦਾਲੀ। ਜਦੋਂ ਉਹਦਾ ਚਾਰਾ ਨਾਂ ਨਾ ਗਿਆ ਸਿੰਘਾਂ 'ਤੇ, ਉਹਨੇ ਕਿਹਾ ਵੀ ਆਉਂਦੇ ਕਿੱਥੋਂ ਨੇ? ਕਹਿੰਦੇ ਇਹਨਾਂ ਦਾ ਕੇਂਦਰ ਅੰਮ੍ਰਿਤਸਰ ਹੈ, ਹਰਿਮੰਦਰ ਸਾਹਿਬ, ਉੱਥੇ ਨਹਾਉਂਦੇ ਨੇ ਅਤੇ ਸ਼ਕਤੀ ਮਿਲਦੀ ਹੈ, ਉੱਥੋਂ ਬਾਣੀ ਸੁਣਦੇ ਨੇ ਅਤੇ ਨਵੇਂ ਨਰੋਏ ਹੋ ਜਾਂਦੇ ਨੇ। ਉਹਨੇ ਕਿਹਾ ਤੋੜ ਦਿਓ ਹਰਿਮੰਦਰ ਸਾਹਿਬ ਨੂੰ, ਬਰੂਦ ਪਾ ਕੇ ਸਰੋਵਰ ਸਾਰੇ ਵਿੱਚ ਉਹਨੇ ਮਿੱਟੀ ਭਰਾ ਕੇ ਇਸ ਸਰੋਵਰ ਦੇ ਵਿੱਚ ਘੋੜੇ ਬੰਨੇ ਸਨ ਉੱਤੇ, ਜਿੱਥੇ ਅੱਜ ਸਰੋਵਰ ਆ। ਇਹ ਸਾਰਾ ਕੁਝ ਕੀਤਾ। ਗੱਲ ਕੀ, ਇਹ ਜੋ ਭਾਈ ਗੁਰਦਾਸ ਜੀ ਉਪਦੇਸ਼ ਦੇ ਰਹੇ ਨੇ ਉਹਨਾਂ ਦਾ ਮਤਲਬ ਹੈ ਕਿ ਭਾਈ ਇੱਕ ਗੁਰੂ ਕੇ ਸ਼ਬਦ ਤੋਂ ਬਿਨਾਂ, ਗੁਰਬਾਣੀ ਤੋਂ ਬਿਨਾਂ, ਇਹ ਜਿੰਨੇ ਵੀ ਪਖੰਡ ਅੱਜ ਕੱਲ੍ਹ ਚੱਲ ਰਹੇ ਨੇ, ਜਿਹੜੇ ਤੁਸੀਂ ਥਾਂ ਥਾਂ 'ਤੇ ਵੇਖ ਰਹੇ ਹੋ, ਇਹ ਗੁਰਸਿੱਖਾਂ ਦੇ ਜੀਵਨ ਵਿੱਚ ਨਹੀਂ। ਗੁਰਸਿੱਖ ਦਾ ਭਰੋਸਾ ਬਾਣੀ 'ਤੇ ਹੈ, ਗੁਰੂ ਕੇ ਸ਼ਬਦ 'ਤੇ ਹੈ, ਔਰ ਗੁਰੂ ਕੀ ਬਾਣੀ ਵਰਗੀ ਕੋਈ ਤਾਕਤ ਨਹੀਂ, ਕੋਈ ਸ਼ਕਤੀ ਨਹੀਂ। ਗੁਰੂ ਕੀ ਦਾਤ, ਗੁਰੂ ਕੇ ਸਿੱਖ ਇਸ ਬਾਣੀ ਨੂੰ ਪੜ੍ਹ ਕੇ ਬੇਪਰਵਾਹ ਜ਼ਿੰਦਗੀ ਜਿਉਂਦੇ ਰਹੇ ਔਰ ਹਰ ਇੱਕ ਵਿਘਨ ਨੂੰ ਸਤਿਗੁਰੂ ਨੇ ਦੋ ਚੀਜ਼ਾਂ ਦਿੱਤੀਆਂ ਕਿ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ, ਸਿੱਖ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੇ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਇੱਕ ਥਾਂ 'ਤੇ ਕਿਸੇ ਪੁੱਛਿਆ ਸੀ, ਆਪ ਇੱਥੇ ਅੱਜ ਆਇਓ ਤੁਰ ਚੱਲਿਓ, ਕੱਲ੍ਹ ਨੂੰ ਸਾਨੂੰ ਕੋਈ ਲੋੜ ਪਵੇ ਅਸੀਂ ਕਿਹਦੇ ਅੱਗੇ ਅਰਦਾਸ ਕਰੀਏ, ਕਿਹਨੂੰ ਕਹੀਏ? ਅਤੇ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤਾ ਸੀ, ਭਾਈ ਜੇ ਤੁਹਾਨੂੰ ਕੋਈ ਵੀ ਮੁਸੀਬਤ ਪੈਂਦੀ ਹੈ, ਕੋਈ ਰੁਕਾਵਟ ਪੈਂਦੀ ਹੈ, ਤੁਸੀਂ ਇਕੱਠੇ ਹੋ ਕੇ ਕੀਰਤਨ ਕਰਨਾ, ਬਾਣੀ ਪੜ੍ਹਨੀ ਅਤੇ ਬਾਅਦ ਵਿੱਚ ਦੇਗ ਤਿਆਰ ਕਰਨੀ ਤਰੀਕੇ ਦੇ ਨਾਲ, ਅਤੇ ਹਾਵਲ ਦੇਗ ਇਹ ਉੱਥੋਂ ਚੱਲੀ ਹੈ, ਦੇਗ ਤਿਆਰ ਕਰਨੀ ਅਤੇ ਟਕਾ ਰੱਖ ਕੇ ਅਰਦਾਸ ਕਰਨੀ, ਜਿੱਥੇ ਦੇਗ ਸ਼ੁੱਧ ਬਣਾ ਕੇ ਤੁਸੀਂ ਸ਼ੁੱਧ ਤਰੀਕੇ ਨਾਲ ਅਤੇ ਟਕਾ ਰੱਖ ਕੇ ਅਰਦਾਸ ਕਰੋਗੇ, ਉੱਥੇ ਮੈਂ ਖੁਦ ਵਰਤਾਂਗਾ ਅਤੇ ਤੁਹਾਡੀ ਹਰ ਇੱਕ ਕਾਰਜ ਵਿੱਚ ਸਹਾਇਤਾ ਕਰਾਂ। ਸਤਿਗੁਰੂ ਨੇ ਸਾਨੂੰ ਇਹ ਮਾਰਗ ਦਿੱਤਾ, ਪਰ ਇਹ ਭਾਈ ਗੁਰਦਾਸ ਜੀ ਜਿਹੜੇ ਗਲਤ ਰਾਹਾਂ 'ਤੇ ਲੋਕ ਭਟਕ ਰਹੇ ਨੇ ਉਹਨਾਂ ਦੀ ਗੱਲ ਕਰ ਰਹੇ ਨੇ। ਅੱਗੇ ਕਹਿੰਦੇ ਵੀਰਾ ਰਾਧਣ ਜੋਗਣੀ, ਮੜੀ ਮਸਾਣ ਵਿਡਾਣ ਘਨੇਰੇ। ਵੀਰਾ ਰਾਧਣ, ਇਹਨਾਂ ਰਿੱਧੀਆਂ ਸਦੀਆਂ ਵਾਲਿਆਂ ਦੇ ਵਿੱਚ 52 ਪ੍ਰਕਾਰ ਦੇ ਵੀਰ ਮੰਨੇ ਗਏ ਨੇ, ਜਿਨ੍ਹਾਂ ਨੂੰ ਤਰੀਕੇ ਦੇ ਨਾਲ, ਤ੍ਰਾਟਕ ਦੇ ਨਾਲ, ਜਿਹੜੇ ਬੰਦਾ ਸਿੰਘ ਬਹਾਦਰ ਦੇ ਸੰਬੰਧ ਵਿੱਚ ਆਉਂਦੇ ਨੇ, ਮਾਧੋ ਦਾਸ ਵਿਰਾਗੀ, ਉਹਨੇ ਵੀ ਇਹ ਵੀਰ ਵਸ ਵਿੱਚ ਕੀਤੇ ਸਨ। ਵੀਰਾ ਰਾਸਨ, ਇਹ ਸਾਰੀਆਂ ਚੀਜ਼ਾਂ ਗੁਰੂ ਸਾਹਿਬ ਦੇ ਅੰਡਰ ਵੀ ਹਨ, ਤੁਸੀਂ ਬਾਣੀ ਪੜ੍ਹ ਕੇ ਵੇਖੋ। ਰਿੱਧ ਵਸੈ ਬਵਾਂਗ ਜੋ ਤੀਨ ਲੋਕ ਅੰਤਰ ਮੋਹੇ। ਗੁਰੂ ਅਮਰਦਾਸ ਜੀ ਜਦੋਂ ਸੇਵਾ ਕਰਦੇ ਰਹੇ ਨਾ, 12 ਸਾਲ ਕਰਦੇ ਰਹੇ ਕਰਦੇ ਰਹੇ, ਅਤੇ ਜਦੋਂ 11 ਕੁ ਸਾਲ ਲੰਘੇ ਨਾ, ਇੱਕ ਦਿਨ ਗੁਰੂ ਅੰਗਦ ਦੇਵ ਜੀ ਦੇ ਸਾਹਮਣੇ ਖੜ੍ਹੇ ਨੇ ਅਤੇ ਸੇਵਾ ਕਰਦਿਆਂ ਕਰਦਿਆਂ ਜਦੋਂ ਇੰਨਾ ਬਲ, ਗੁਰੂ ਅੰਗਦ ਦੇਵ ਜੀ ਕਹਿੰਦੇ ਪੁਰਖਾ ਅੱਖ ਚੁੱਕ ਕੇ ਦੇਖ, ਜਦੋਂ ਅੱਖ ਚੁੱਕ ਕੇ ਵੇਖਿਆ ਨਾ ਤਾਂ ਸਾਹਮਣੇ ਜਿੰਨੀਆਂ ਇਸ ਬ੍ਰਹਿਮੰਡ ਦੀਆਂ ਸ਼ਕਤੀਆਂ ਸਨ, ਹੱਥ ਜੋੜ ਕੇ ਗੁਰੂ ਅਮਰਦਾਸ ਦੇ ਸਾਹਮਣੇ ਖੜ੍ਹੀਆਂ ਨੇ ਔਰ ਕਹਿ ਰਹੀਆਂ ਨੇ ਕਿ ਸਤਿਗੁਰੂ ਇਜਾਜ਼ਤ ਦਿਓ, ਹੁਕਮ ਦਿਓ, ਇਸ ਬ੍ਰਹਿਮੰਡ ਵਿੱਚ ਕਿਤੇ ਵੀ ਕੁਝ ਕਰਨਾ ਕੰਮ ਤਾਂ ਹੁਕਮ ਦਿਓ, ਇੱਕ ਪਲ ਵਿੱਚ ਕਰ ਦਿਓ। ਜਦੋਂ ਗੁਰੂ ਅਮਰਦਾਸ ਜੀ ਨੇ ਵੇਖਿਆ ਨਾ
ਅਤੇ ਗੁਰੂ ਅੰਗਦ ਦੇਵ ਜੀ ਦੇ ਅੱਗੇ ਹੱਥ ਜੋੜ ਕੇ ਸਿਰ ਝੁਕਾ ਲਿਆ। ਕਹਿਣ ਲੱਗੇ, ਮਹਾਰਾਜ ਇਹਨਾਂ ਨੂੰ ਤੁਸੀਂ ਵਾਪਸ ਲੈ ਲਓ, ਮੈਨੂੰ ਨਹੀਂ ਚਾਹੀਦੀਆਂ। ਇਹ ਹੈ ਸਮਰਪਣ ਦਾ ਰਸਤਾ, ਇਹ ਸ਼ਕਤੀ ਦਾ ਨਹੀਂ। ਆਪਣੇ ਵਰਗਿਆਂ ਨੂੰ ਤਾਂ ਆਉਂਦਾ ਵੀ ਕੁਝ ਨਹੀਂ, ਵੈਸੇ ਹੀ ਵਰ ਦੇਈ ਜਾਂਦੇ ਬਿਨਾਂ ਕੰਮ। ਉਪਦੇਸ਼ ਦੇਣ ਦਾ ਸਵਾਦ ਸਭ ਤੋਂ ਪੈੜਾ ਜੇ, ਖਿਆਲ ਰੱਖਣਾ। ਅੱਜ ਕੱਲ੍ਹ ਇਸ ਧਰਤੀ 'ਤੇ ਚੇਲੇ ਥੋੜ੍ਹੇ ਨੇ, ਗੁਰੂ ਬਹੁਤੇ ਹੋ ਗਏ ਨੇ। ਓਪਨਲੀ ਨਹੀਂ, ਓਪਨਲੀ ਤਾਂ ਨਹੀਂ ਹੁੰਦੇ ਵੀ ਜੁੱਤੀਆਂ ਪਹਿਣਗੀਆਂ, ਖੁੱਲ੍ਹੇ ਤੌਰ 'ਤੇ ਨਹੀਂ ਹੁੰਦੇ, ਪਰ ਬਿਰਤੀ ਹੈ ਅੰਦਰ ਗੁਰੂ ਬਣਨ ਵਾਲੀ। ਚੇਲੇ ਬੜੇ ਘੱਟ। ਸਤਿਗੁਰੂ ਗੁਰੂ ਅਮਰਦਾਸ 12 ਸਾਲ ਸੇਵਾ ਕੀਤੀ ਅਤੇ ਸਾਰੀਆਂ ਸ਼ਕਤੀਆਂ ਹੱਥ ਬੰਨ ਕੇ ਖਲੋ ਗਈਆਂ ਅਤੇ ਗੁਰੂ ਅੰਗਦ ਦੇਵ ਕਹਿੰਦੇ, ਪੁਰਖਾ ਇਹ ਸਾਰੀਆਂ ਤੈਨੂੰ ਸੌਂਪੀਆਂ ਅੱਜ ਤੋਂ ਬਾਅਦ। ਅਤੇ ਅੱਗੋਂ ਜਵਾਬ ਆਉਂਦਾ ਉਸ ਇਸ਼ਕ ਕਰਨ ਵਾਲੇ ਭਵਰੇ ਦਾ, ਗੁਰੂ ਅਮਰਦਾਸ ਕਹਿੰਦੇ, ਮਹਾਰਾਜ ਇਹਨਾਂ ਨੂੰ ਵਾਪਸ ਲੈ ਲਓ। ਕਿਉਂ? ਕਹਿਣ ਲੱਗੇ, ਮੇਰੇ ਤੋਂ ਸੇਵਾ ਕਰਨੀ ਬੰਦ ਹੋ ਜਾਏਗੀ, ਮੈਨੂੰ ਸੇਵਾ ਵਿੱਚ ਬਹੁਤ ਵੱਡਾ ਰਸ। ਗੁਰੂ ਅੰਗਦ ਦੇਵ ਜੀ ਨੇ ਕਿਹਾ, ਪੁਰਖਾ ਇਹਨਾਂ ਦੀ ਤੇਰੇ ਕੋਲ ਬਣ ਆਵੇਗੀ, ਭਾਵ ਸਮਾਂ ਆਵੇਗਾ ਜਦੋਂ ਤੂੰ ਇਹਨਾਂ ਦੀ ਵਰਤੋਂ ਵੀ ਕਰ ਸਕੇਗਾ, ਪਰ ਇਹਨਾਂ ਦੀ ਵਰਤੋਂ ਕਰਨ ਦੇ ਨਾਲ ਤੇਰੇ ਅੰਦਰੋਂ ਲਿਵ ਨਹੀਂ ਟੁੱਟੇਗੀ, ਤੂੰ ਉਸ ਹੁਕਮ ਵਿੱਚ ਤੁਰ ਸਕੇਗਾ, ਸਮਾਂ ਆ ਜਾਏਗਾ। ਇਹ ਵਿਖਾਇਆ ਉਹਨਾਂ ਨੇ। ਇਸ ਕਰਕੇ ਕਹਿੰਦੇ, ਇਹ ਜਿਹੜੇ ਰਾਜ ਜਿਨ੍ਹਾਂ ਵਿੱਚ ਲੋਕ ਭਟਕ ਗਏ, ਵੀਰਾ ਰਾਧਨ ਜੋਗਣੀ, ਇਹਨਾਂ ਜੋਗ ਆਦਿਕ ਦੇ ਜੋਗਣੀਆਂ ਦੇ ਰਾਹ 'ਤੇ ਵੀਰਾ ਰਾਧਨ 'ਤੇ ਮੜੀ ਮਸਾਣ, ਮੜੀਆਂ ਦੇ ਵਿੱਚ ਬੈਠੇ ਰਹਿਣਾ, ਮੁਰਦਿਆਂ ਦੀਆਂ ਹੱਡੀਆਂ ਇਕੱਠੇ ਕਰਦੇ ਰਹਿਣਾ, ਕਿਵੇਂ ਦੀ ਕਲੰਕਿਤ ਜ਼ਿੰਦਗੀ ਹੈ। ਮੜੀ ਮਸਾਣ, ਵਿਡਾਣ ਘਨੇਰੇ, ਕਹਿੰਦੇ ਜਿਨ੍ਹਾਂ ਦੀਆਂ ਗੱਲਾਂ ਸੁਣ ਸੁਣ ਕੇ ਹੈਰਾਨੀ ਹੋ ਜਾਵੇ ਵੀ ਇਹ ਕਿਹੜੇ ਪੁੱਠੇ ਰਾਹ 'ਤੇ ਪੈ ਗਏ ਲੋਕ। ਪੂਰਕ ਕੁੰਭਕ ਰੇਚਕਾ, ਨਿਵਲੀ ਕਰਮ ਭੁਯੰਗਮ ਕੇਰੇ, ਇਹ ਤਿੰਨ ਯੋਗੀਆਂ ਦੇ ਰਾਹ ਨੇ। ਚਲੋ ਇਹ ਤਾਂ ਫਿਰ ਵੀ ਸਰੀਰ ਨੂੰ ਸਾਧਨ ਵਾਸਤੇ ਕਰਦੇ ਨੇ, ਪਰ ਇਹ ਇਕੱਲੇ ਗੁਰਮਤ ਦਾ ਮਾਰਗ ਨਹੀਂ। ਇਹ ਕਹਿੰਦੇ ਪੂਰਕ ਸਾਹ ਲੈਣਾ, ਕੁੰਭਕ ਸਾਹ ਰੋਕ ਕੇ ਰੱਖਣਾ, ਰੇਚਕ ਸਵਾਸ ਨੂੰ ਛੱਡ ਦੇਣਾ, ਤਿੰਨ ਕਿਰਿਆਵਾਂ ਨੇ ਉਹਨਾਂ ਦੀ। ਨਿਵਲੀ ਕਰਮ, ਸਿੱਧੇ ਬਹਿ ਕੇ ਸਰੀਰ ਦੀਆਂ ਨਾੜੀਆਂ ਨੂੰ ਇਸ ਤਰ੍ਹਾਂ ਹਿਲਾਉਣਾ ਜਿਵੇਂ ਦੁੱਧ ਰਿੜਕੀਦਾ, ਉਹਨੂੰ ਕਹਿੰਦੇ ਨਿਵਲੀ ਕਰਮ ਭੁਯੰਗਮ ਕੇਰੇ। ਭੁਯੰਗਮ ਦੇ ਅਰਥ ਨੇ ਸੱਪ। ਸਾਡੇ ਪੇਟ ਵਿੱਚ ਜਿਹੜੀਆਂ ਸੱਪ ਦੇ ਆਕਾਰ ਦੀਆਂ ਨਾੜੀਆਂ ਨੇ ਉਹਨਾਂ ਨੂੰ ਹਿਲਾਉਣਾ, ਇਹਨਾਂ ਕੰਮਾਂ ਵਿੱਚ ਫਸੇ ਰਹਿਣਾ। ਫਿਰ ਕਹਿੰਦੇ ਸਿੱਧਾਸਨ ਪਰਚੇ ਘਣੇ, ਸਿੱਧਾਂ ਦੇ ਆਸਨ ਸਿੱਖ ਲੈਣੇ, ਉਹਨਾਂ ਦੇ 84 ਆਸਨ ਨੇ। ਸਿੱਧਾਸਨ ਪਰਚੇ ਘਣੇ, ਹੱਠ ਨਿਗਰੇ ਕੌਤਕ ਲੱਖ ਹੇਰੇ, ਕਹਿੰਦੇ ਕਈ ਹੱਠ ਕਰਨੇ, ਕਈ ਵਰਤ ਰੱਖਣੇ, ਸਿੱਧਾਂ ਦੇ ਆਸਨ ਸਿੱਖਣੇ। ਵੈਸੇ ਇਹ ਸਾਰੀਆਂ ਸ਼ਕਤੀਆਂ ਨਾਮ ਦੇ ਅਧੀਨ ਨੇ, ਉਹਦੇ ਪੈਰਾਂ ਦੇ ਵਿੱਚ ਰਹਿੰਦੀਆਂ ਨੇ, ਪਰ ਉਹ ਇਹਨੂੰ ਵਰਤਦਾ ਨਹੀਂ ਗੁਰਮੁਖ। ਇਸ ਤਰ੍ਹਾਂ ਕਹਿੰਦੇ ਪਾਲਸ ਮਣੀ ਰਸਾਇਣ, ਕਰਾਮਾਤ ਕਾਲਖ ਹਨੇਰੇ। ਇੱਕ ਇਹ ਵੀ ਕਰਾਮਾਤ ਹੈ ਵੀ ਇੱਕ ਖਾਸ ਰਿੱਧੀ ਸਿੱਧੀ ਹੈ ਜਿਹਦੇ ਨਾਲ ਕਿਸੇ ਵੀ ਚੀਜ਼ ਨੂੰ ਸੋਨਾ ਬਣਾਇਆ ਜਾ ਸਕਦਾ। ਪਾਰਸ ਮਣੀ ਰਸਾਇਣ, ਸੋਨਾ। ਗੁਰੂ ਅਰਜਨ ਦੇਵ ਜੀ ਜਦੋਂ ਤਰਨ ਤਾਰਨ ਸਾਹਿਬ ਦਾ ਸਰੋਵਰ ਤਿਆਰ ਕਰ ਰਹੇ ਸਨ ਅਤੇ ਇੱਕ ਯੋਗੀ ਆਇਆ, ਉਹਨੇ ਹਜ਼ੂਰ ਨੂੰ ਇੱਕ ਛੋਟਾ ਜਿਹਾ ਟੁਕੜਾ ਦਿੱਤਾ। ਮਹਾਰਾਜ ਕਹਿੰਦੇ ਇਹ ਕੀ ਹੈ? ਕਹਿੰਦੇ ਇਹ ਇੱਕ ਪਾਰਸ ਰਸਾਇਣ ਹੈ, ਤੁਸੀਂ ਸੇਵਾ ਕਰ ਰਹੇ ਹੋ, ਜਿੰਨੀ ਮਰਜ਼ੀ ਮਾਇਆ ਬਣਾ ਲਓ, ਜਿਹਨੂੰ ਛੁਆਓਗੇ ਸੋਨਾ ਬਣ ਜਾਏਗਾ। ਸਤਿਗੁਰੂ ਨੇ ਉਹਨੂੰ ਚੁੱਕ ਕੇ ਸਰੋਵਰ ਵਿੱਚ ਸਿੱਟ ਦਿੱਤਾ। ਕਹਿਣ ਲੱਗਾ, ਮਹਾਰਾਜ ਮੈਂ ਤਾਂ ਕਈ ਸਾਲਾਂ ਦੀ ਸਾਧਨਾ ਕਰ ਕਰਕੇ ਬਣਾਇਆ। ਕਹਿੰਦੇ ਕਿਉਂ ਟਾਈਮ ਖਰਾਬ ਕੀਤਾ ਜੀ, ਕਿਹੜੇ ਕੰਮ ਵਿੱਚ ਪੈ ਗਿਆ? ਇੱਕ ਬੰਦਾ ਦੁਕਾਨ 'ਤੇ ਮਾਇਆ ਇਕੱਠੀ ਕਰੀ ਜਾਂਦਾ, ਤੁਸੀਂ ਧਰਮ ਵਿੱਚ ਕਰੀ ਜਾਂਦੇ, ਫਰਕ ਕੀ ਪੈ ਗਿਆ? ਸਾਧਨਾ ਉਹਦੇ ਨਾਲ ਇੱਕ ਹੋਣ ਵਾਸਤੇ ਕਰਨੀ ਸੀ ਜਾਂ ਤੁਸੀਂ ਤਾਕਤਾਂ ਇਕੱਠੀਆਂ ਕਰਨੀਆਂ ਸੀ? ਉਹਨੂੰ ਸਿੱਖੀ ਇਹ ਮਾਰਗ ਦੱਸਿਆ। ਕਹਿੰਦੇ ਅਖੀਰ ਨੂੰ ਇਹ ਕਾਲਖ ਹੈ ਮਾਇਆ ਜਿਹੜੀ। ਫਿਰ ਕਹਿੰਦੇ ਪੂਜਾ ਵਰਤ ਉਪਾਰਨੇ, ਵਰ ਸਰਾਪ ਸ਼ਿਵ ਸ਼ਕਤ ਲਵੇਰੇ। ਪੂਜਾ ਵਰਤਾਂ ਦੇ ਵਿੱਚ ਉਪਾਰਨੇ, ਵਰਤ ਰੱਖਣੇ ਅਤੇ ਉਪਾਰਨ ਕਰਨਾ ਯਾਨੀ ਕਿ ਛੱਡਣਾ, ਵਰਾਂ ਦੇ ਵਿੱਚ ਫਸੇ ਰਹਿਣਾ, ਸਰਾਪਾਂ ਦੇ ਵਿੱਚ ਫਸੇ ਰਹਿਣਾ, ਇਹਨਾਂ ਸ਼ਕਤੀਆਂ ਦੇ ਵਿੱਚ ਫਸੇ ਰਹਿਣਾ। ਪਰ ਭਾਈ ਗੁਰਦਾਸ ਜੀ ਅਖੀਰ 'ਤੇ ਕਹਿੰਦੇ ਸਾਧ ਸੰਗਤ ਗੁਰ ਸ਼ਬਦ ਵਿਣ,
ਥਾਉ ਨਾ ਪਾਏਣ ਭਲੇ ਭਲੇਰੇ। ਕਹਿੰਦੇ ਦੋ ਚੀਜ਼ਾਂ ਸਾਨੂੰ ਗੁਰੂ ਸਾਹਿਬ ਨੇ ਦਿੱਤੀਆਂ ਨੇ, ਸਾਧ ਸੰਗਤ ਅਤੇ ਗੁਰੂ ਸ਼ਬਦ। ਸਿੱਧੇ ਮਾਰਗ ਤੋਂ ਬਿਨਾਂ ਸਾਰੇ ਅਖੀਰ ਨੂੰ ਫਸ ਜਾਂਦੇ ਨੇ। ਆਹ ਜਿੰਨੇ ਲੋਕ ਇਸ ਮਾਰਗਾਂ 'ਤੇ ਤੁਰਦੇ ਨੇ ਅਖੀਰ ਨੂੰ ਸਾਰੇ ਲੰਮੀਆਂ ਜੂਨਾਂ ਦੇ ਵਿੱਚ, ਤ੍ਰਿਗਤ ਜੂਨਾਂ ਵਿੱਚ ਫਸ ਜਾਂਦੇ, ਜਿਨ੍ਹਾਂ ਦਾ ਅੰਤ ਕਦੀ ਨਹੀਂ ਹੁੰਦਾ, ਦੁੱਖਾਂ ਦੀ ਦੁਨੀਆ ਵਿੱਚ ਪੈ ਜਾਂਦੇ ਨੇ। ਕੂੜ ਇੱਕ ਗੰਢੀ ਸੌ ਫੇਰੇ, ਅਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਵੀ ਜੇ ਤੁਸੀਂ ਇੱਕ ਝੂਠ ਬੋਲੋ ਨਾ, ਉਹ ਸਿੱਖ ਝੂਠ ਨੂੰ ਸੱਚਾ ਸਿੱਧ ਕਰਨ ਲਈ ਫਿਰ ਸੌ ਝੂਠ ਬੋਲਣਾ ਪੈਂਦਾ, ਸੌ ਝੂਠ। ਜੇ ਸੌ ਝੂਠ ਬੋਲੋ ਉਹਨੂੰ ਸਿੱਧ ਕਰਨ ਲਈ ਹਜ਼ਾਰ, ਹਜ਼ਾਰ ਨੂੰ ਲੱਖ, ਇਸ ਤਰ੍ਹਾਂ ਝੂਠ ਵੱਧਦਾ ਹੀ ਜਾਂਦਾ ਹੈ ਅੱਗੇ। ਪਰ ਜਿਹੜੀ ਦਾਤ ਗੁਰੂ ਕੋਲੋਂ ਮਿਲਦੀ ਹੈ, ਇਹਨਾਂ ਚੀਜ਼ਾਂ ਵਿੱਚ ਮਨ ਸ਼ਾਂਤ ਨਹੀਂ ਹੁੰਦਾ, ਖੁਆਰ ਹੁੰਦਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਇੱਕ ਮਹਾਂਯੋਗੀ ਮਿਲਿਆ ਸੀ ਦਮਦਮਾ ਸਾਹਿਬ ਦੀ ਧਰਤੀ 'ਤੇ। ਉਮਰ ਉਹਦੀ ਬਹੁਤ ਲੰਬੀ ਸੀ, ਗੁਰੂ ਸਾਹਿਬ ਦੀ ਉਮਰ ਹੋਵੇਗੀ ਕੋਈ 40 ਸਾਲ ਦੇ ਕਰੀਬ। ਜਦੋਂ ਉਹਨੇ ਸੁਣਿਆ ਵੀ ਇੱਧਰ ਗੁਰੂ ਨਾਨਕ ਦੇਵ ਜੀ ਦੀ ਗੱਦੀ 'ਤੇ ਜਿਹੜੇ ਆਏ ਨੇ, ਆਇਆ ਤਾਂ ਸੀ ਆਪਣਾ ਆਪ ਵਿਖਾਉਣ ਲਈ। ਜਦੋਂ ਪਹੁੰਚਿਆ ਸਤਿਗੁਰੂ ਨੇ ਸਾਹਮਣੇ ਸਤਿਕਾਰ ਦਿੱਤਾ, ਬਿਠਾਇਆ। ਜਦੋਂ ਨੇੜੇ ਆਇਆ, ਆਇਆ ਸੀ ਆਪਣੇ ਜਪ ਤਪ ਦੱਸਣ ਵਾਸਤੇ, ਕਿਉਂਕਿ ਕਈ ਸੌ ਸੈਂਕੜੇ ਦੀ ਉਹਦੀ ਸਾਲ ਦੀ ਉਮਰ ਸੀ, ਨਾਲ ਚੇਲੇ ਬਾਲ ਕੇ। ਅਤੇ ਸਤਿਗੁਰਾਂ ਨੇ ਤਰਸ ਕੀਤਾ, ਉਹ ਦੱਸਣਾ ਚਾਹੁੰਦਾ ਸੀ ਮੈਂ ਇੰਨੇ ਸਾਲ ਲਾਏ ਨੇ, ਇੰਨੀਆਂ ਰਿੱਧੀਆਂ ਸਿੱਧੀਆਂ ਇਕੱਠੀਆਂ, ਇਹ ਕੁਝ ਕੀਤਾ। ਜਦੋਂ ਸਾਹਮਣੇ ਆ ਕੇ ਉਹਨੇ ਹੱਥ ਕੀਤਾ ਨਾ ਗੁਰੂ ਸਾਹਿਬ ਨੂੰ ਮਿਲਾਉਣ ਵਾਸਤੇ, ਹਜ਼ੂਰ ਨੇ ਆਪਣਾ ਤੀਰ ਸਾਹਮਣੇ ਕਰ ਦਿੱਤਾ। ਜਦੋਂ ਤੀਰ ਨੂੰ ਉਹਨੇ ਹੱਥ ਲਾਇਆ, ਉੱਥੇ ਕਹਿੰਦੇ ਧਿਆਨ ਲੱਗ ਗਿਆ ਉਹਦਾ, ਠੰਡ ਪੈ ਗਈ ਅੰਦਰ, ਜਿਵੇਂ ਕੋਲਿਆਂ ਦੇ ਉੱਤੇ ਮੀਂਹ ਪੈਂਦਾ, ਟਿਕ ਗਿਆ। ਕਿੰਨਾ ਚਿਰ ਟਿਕਿਆ ਰਿਹਾ, ਬੜੇ ਚਿਰ ਬਾਅਦ ਜਦੋਂ ਅੱਖ ਖੋਲ੍ਹੀ ਨਾ, ਤਾਂ ਸਤਿਗੁਰੂ ਨੇ ਕਿਹਾ ਸੀ, ਕਹਿਣ ਲੱਗੇ ਯੋਗੀ ਜੀ, ਇੰਨੇ ਸੌ ਸਾਲਾਂ ਦੇ ਵਿੱਚ ਕੀ ਕੁਝ ਪ੍ਰਾਪਤ ਕੀਤਾ ਜੇ, ਕੁਝ ਉਹਦੇ ਬਾਰੇ ਦੱਸ ਦਿਓ। ਅਤੇ ਉਦੋਂ ਇਹਦੇ ਸ਼ਬਦ ਸਨ, ਮਹਾਰਾਜ ਇਹਨਾਂ 400 ਸਾਲਾਂ ਵਿੱਚ ਇੰਨਾ ਕੁਝ ਨਹੀਂ ਮਿਲਿਆ ਜਿੰਨਾ ਕੁਝ ਤੁਹਾਡੇ ਤੀਰ ਦੇ ਨਾਲ ਛੂਹ ਕੇ ਮਿਲ ਗਿਆ। ਜਿਹੜੀ ਠੰਡ ਅੰਦਰ ਹੁਣ ਪਈ, ਇਸ ਕਰਕੇ ਇਸ ਸਾਰੀ ਪੌੜੀ ਦਾ ਭਾਵ ਇਹ ਹੈ ਕਿ ਗੁਰਸਿੱਖ ਦਾ ਭਰੋਸਾ ਗੁਰੂ ਸ਼ਬਦ ਦੇ ਉੱਤੇ ਹੋਵੇ, ਅਤੇ ਸਾਧ ਸੰਗਤ ਗੁਰਮੁਖਾਂ ਦੇ ਨਾਲ ਉਹਦੀ ਪ੍ਰੀਤ। ਇਸ ਮਾਰਗ 'ਤੇ ਤੁਰਦਿਆਂ ਹੀ ਆਪਣੇ ਜੀਵਨ ਦੇ ਜੋ ਰੁਕਾਵਟਾਂ ਨੇ ਉਹਨਾਂ ਨੂੰ ਹੱਲ ਕਰੇ। ਆਓ, ਜਿਹਦੀ ਪ੍ਰੋੜਤਾ ਭਾਈ ਗੁਰਦਾਸ ਜਿਸ ਗੁਰ ਸ਼ਬਦ ਦੀ ਕਰ ਰਹੇ ਨੇ, ਉਹਦੇ ਨਾਲ ਆਪਾਂ ਜੁੜੀਏ। ਸਾਰੇ ਕੁਝ ਮਿੰਟਾਂ ਲਈ ਕਿਰਪਾ ਕਰਨੀ, ਇਕਾਗਰ ਚਿੱਤ ਹੋ ਕੇ, ਸਿੱਧੇ ਹੋ ਕੇ, ਚੌਂਕੜਾ ਲਾ ਕੇ ਪਿਆਰ ਨਾਲ ਉਚਾਰਨ ਕਰੋ ਜੀ। ਵਾਹਿਗੁਰੂ, ਵਾਹਿਗੁਰੂ।